ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਦਰਸ਼ਕੋ, ਇੱਕ ਵਾਰ ਅੱਜ ਖਾਲਸਾ। ਅਹਿਮ ਪ੍ਰੋਗਰਾਮ ਲੈ ਕੇ ਆਏ ਹਾਂ ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਪਿਛਲੇ ਦਿਨਾਂ ਤੋਂ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਖਾਲਿਸਤਾਨੀ ਆ ਉਹ ਦਿੱਲੀ ਜਾਈ ਜਾਂਦੇ ਆ ਤੇ ਦਿੱਲੀ ਜਾ ਕੇ ਡੇਰੇ ਲਾ ਕੇ ਖਾਲਿਸਤਾਨੀ ਜਥੇਬੰਦੀਆਂ ਦੇ ਬਾਰੇ ਉਹ ਜਿਹੜੇ ਉਹਨਾਂ ਦੇ ਪਹਿਲਾਂ ਵਿਚਾਰ ਸੀ ਉਦੋਂ ਉਲਟ ਬੋਲ ਰਹੇ ਆ, ਜਾਂ 2020 ਦੇ ਖਿਲਾਫ਼ ਵੀ ਬੋਲ ਰਹੇ ਆ, ਜਾਂ ਹੋਰ ਬਹੁਤ ਗੱਲਾਂ ਜਿਹਦੇ ਵਿੱਚ ਇੰਗਲੈਂਡ ਤੋਂ ਜਿਵੇਂ ਜਸਵੰਤ ਸਿੰਘ ਜੀ ਠੇਕੇਦਾਰ, ਸੇਵਾ ਸਿੰਘ ਲੱਲੀ ਅਤੇ ਬਲਬੀਰ ਸਿੰਘ ਬੈਂਸ ਜੀ ਦਾ ਵੀ ਨਾਂ ਆਉਂਦਾ, ਪਰ ਉਹਦੇ ਉਹਨਾਂ ਬਾਰੇ ਪੂਰੀ ਜਾਣਕਾਰੀ ਨੀ ਮੇਰੇ ਕੋਲ। ਤੇ ਇਸੇ ਤਰ੍ਹਾਂ ਦਵਿੰਦਰ ਸਿੰਘ ਜੀ ਜਿਹੜੇ ਆ ਜਰਮਨ ਤੋਂ ਆ, ਤੇ ਹੋਰ ਕਾਫੀ ਫਰਾਂਸ ਤੋਂ ਵੀ ਸਿੰਘ ਹਨ, ਪਰ ਹੁਣ ਤਾਜੇ ਤਾਜੇ ਜਿਹੜੇ ਆ ਬਹੁਤ ਉਹਨਾਂ ਦਾ ਮਸ਼ਹੂਰ ਨਾਂ ਆ ਸਰਦਾਰ ਹਰਦਮਨ ਸਿੰਘ ਮਲਕ, ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਸੀ, ਜਿਹਨਾਂ ਦਾ ਨਾਂ ਜਿਹੜਾ ਏਅਰ ਇੰਡੀਆ ਦਾ ਕਨੈਕਟ ਦੇ ਵਿੱਚ ਹਾਦਸਾ ਹੋਇਆ, ਜਹਾਜ਼ ਉਹਦੇ ਵਿੱਚ ਵੀ ਆਉਂਦਾ ਸੀ, ਤੇ ਉੱਥੇ ਬੈਂਕ ਦੇ ਵਿੱਚ ਵੀ ਉਹਨਾਂ ਦਾ ਕਾਫੀ ਨਾਂ ਆਉਂਦਾ ਸੀ, ਉਹਨਾਂ ਨੇ ਬੈਂਕ ਵੀ ਉੱਥੇ ਖੋਲੀ ਸੀ। ਪੂਰੀ ਕੀ ਰਿਪੋਰਟ ਆ, ਉਹਨਾਂ ਦੇ ਖਾਸ ਰਿਸ਼ਤੇਦਾਰ ਸਰਦਾਰ ਕੁਲਬੀਰ ਸਿੰਘ ਜੀ ਸਾਡੇ ਨਾਲ ਲਾਈਨ ਤੇ ਹਾਜ਼ਰ ਹਨ, ਉਹਨਾਂ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਕਹਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਹਾਡੀ ਪਿਕਚਰ ਜਿਹੜੀ ਆ ਉਹ ਨਹੀਂ ਆ ਰਹੀ, ਕੀ ਗੱਲ ਹੋ ਗਈ? ਹਾਂਜੀ ਹੈਲੋ, ਹਾਂਜੀ ਭਾਜੀ, ਹਾਂਜੀ ਹਾਂਜੀ, ਟ੍ਰਾਈ ਕਰਾਂ ਜੀ ਦੁਬਾਰਾ ਕਿਤੇ। ਹਾਂਜੀ ਹਾਂਜੀ, ਬਹਿ ਜਾ ਹੁਣ ਤੁਸੀਂ, ਠੀਕ ਆ? ਠੀਕ, ਅੱਛਾ ਠੀਕ ਆ, ਓਕੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਕੁਲਬੀਰ ਸਿੰਘ ਜੀ, ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਹੀ ਹੈ ਕਿ ਕਾਫੀ ਜਿਹੜੇ ਖਾਲਿਸਤਾਨੀ ਜਥੇਬੰਦੀਆਂ ਨਾਲ ਸੰਬੰਧਿਤ ਬੰਦੇ ਪੰਜਾਬ ਦੀ ਧਰਤੀ ਤੇ ਜਾਂ ਇੰਡੀਆ ਗਏ ਆ, ਜਿਹੜਾ ਆਪਾਂ ਇਹ ਨਹੀਂ ਕਹਿ ਸਕਦੇ ਅਸੀਂ ਆਪਣੇ ਵੱਲੋਂ ਕਿ ਉਹ ਕੋਈ ਗੁਨਾਹ ਆ ਬਈ ਕਿਉਂ ਗਏ ਆ, ਜਾਂ ਹਰ ਇੱਕ ਨੂੰ ਹਾਕਿਆ ਜਾ ਸਕਦਾ, ਪਰ ਕੁਝ ਵਿਅਕਤੀਆਂ ਦੇ ਨਾਂ ਇਸ ਕਰਕੇ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਆ ਕਿ ਉਹ ਪਹਿਲਾਂ ਖਾਲਿਸਤਾਨ ਮੰਗਦੇ ਸੀ, ਹੁਣ ਸ਼ਾਇਦ ਖਾਲਿਸਤਾਨ ਦੀ ਵਿਰੋਧਤਾ ਕਰਦੇ ਆ, ਜਾਂ ਆਪਣੇ ਵਿਚਾਰ ਉਹਨਾਂ ਦੇ ਕੀ ਆ। ਪੂਰੀ ਰਿਪੋਰਟ ਤਾਂ ਸਾਡੇ ਕੋਲ ਨਹੀਂ, ਲੇਕਿਨ ਇਹ ਪਤਾ ਲੱਗਾ ਕਿ ਹੁਣ ਵਿਰੋਧਤਾ ਕਰਦੇ ਆ ਸਰਦਾਰ ਰਪਦਮਨ ਸਿੰਘ ਜੀ, ਤੇ ਉਹਨਾਂ ਨੇ 2020 ਦੀ ਵੀ ਵਿਰੋਧਤਾ ਕੀਤੀ ਆ। ਪਹਿਲਾਂ ਤੇ ਇਹ ਦੱਸੋ ਕਿ ਰਪਦਮਨ ਸਿੰਘ ਜੀ ਪਹਿਲੀ ਵਾਰੀ ਕੈਨੇਡਾ ਤੋਂ ਇੰਡੀਆ ਗਏ ਆ ਜਾਂ ਅੱਗੇ ਵੀ ਜਾਂਦੇ ਰਹੇ? ਹਾਂਜੀ ਨਹੀਂ, ਕਾਫੀ ਵਾਰੀ ਜਾ ਚੁੱਕੇ ਨੇ ਜੀ, 1980s ਦੇ ਵਿੱਚ ਵੀ ਤੇ 1990 ਦੇ ਦਹਾਕੇ ਚ ਵੀ, 91 ਦੇ ਵਿੱਚ ਵੀ ਤੇ 95 ਦੇ ਵਿੱਚ ਵੀ, ਜਾਂ 94 ਐਂਡ ਕਹਿ ਲਓ ਤੇ 95 ਦਾ ਜਿਹੜਾ ਟਾਈਮ ਹੈਗਾ। ਤੇ ਜਿਹੜੀ ਮੇਰੀ ਵੀਡੀਓ ਸੀ ਜੀ, ਉਹਦੇ ਵਿੱਚ ਵੀ ਗੱਲ ਮੈਂ ਕਹੀ ਤੇ ਪਿੱਛੇ ਕਨਫਰਮ ਹੋਈ ਉਹਨਾਂ ਦੇ ਬ੍ਰਦਰ ਨੇ, ਮੀਡੀਆ ਦੇ ਵਿੱਚ ਇਹ ਗੱਲ ਆਪ ਗਈ ਕਿ ਅਸੀਂ 91 ਚ ਵੀ ਗਏ ਹਾਂ ਉੱਥੇ, ਮਤਲਬ ਭਾਈ ਸਾਹਿਬ ਗਏ ਨੇ, ਤੇ 95 ਚ ਵੀ ਗਏ ਨੇ, ਜਾਂ 94 ਐਂਡ ਕੇ ਉਹਨਾਂ ਨੇ, ਚਲੋ ਮੈਨੂੰ ਭੁੱਲ ਗਿਆ 94 ਐਂਡ ਹੈ ਕਿ 95 ਬਿਗਨਿੰਗ ਹੈ, ਹੋ ਸਕਦਾ ਓਵਰਲੈਪ ਵੀ ਕੀਤਾ ਹੋਵੇ। ਹਾਂਜੀ, ਜਿੱਦਾਂ ਹੁਣ ਤੁਸੀਂ ਇਹ ਵੀ ਕਿਹਾ ਕਿ ਮੈਂ ਉਹਨਾਂ ਦਾ ਰਿਸ਼ਤੇਦਾਰ ਆ, ਕਲੋਜ਼ ਰਿਸ਼ਤੇਦਾਰੀ ਆ, ਕੀ ਆ ਥੋੜਾ ਜਿਹਾ ਦੱਸਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਕਿ ਤੁਹਾਡੀ ਉਹਨਾਂ ਦੇ ਨਾਲ ਕੀ ਸਾਂਝ ਆ? ਹਾਂਜੀ, ਮਿਸਿਸ ਮਲਿਕ ਮੇਰੇ ਸਕੇ ਮਾਸੀ ਜੀ ਨੇ ਜੀ, ਸਕੇ ਮਾਸੜ ਜੀ ਆ, ਅੱਛਾ, ਫਿਰ ਤੁਹਾਡੀ ਕਾਫੀ ਜਿੱਦਾਂ ਜਾਣ ਪਹਿਚਾਣ, ਮਤਲਬ ਆਉਂਦੇ ਜਾਂਦੇ ਮਿਲਦੇ ਰਹਿੰਦੇ ਹੋਵੋਗੇ ਤੁਸੀਂ, ਆਪਸ ਵਿੱਚ ਗੱਲਾਂ ਬਾਤਾਂ ਵੀ ਹੁੰਦੀਆਂ ਰਹਿੰਦੀਆਂ? ਬਿਲਕੁਲ ਜੀ, ਬਿਲਕੁਲ ਜੀ, ਹਾਂਜੀ, ਸਾਡੇ ਵੈਰੀ ਕਲੋਜ਼ ਫੈਮਿਲੀ ਰਹੇ ਆਪਾਂ ਸ਼ੁਰੂ ਤੋਂ ਹੀ।
ਤੇ ਜਦੋਂ ਪਹਿਲਾਂ ਤੁਹਾਡੀ ਗੱਲਬਾਤ ਜੇ ਰਿਸ਼ਤੇਦਾਰ ਜਾਂ ਤੁਹਾਡੇ ਆਪਣੀ ਵਿਚਾਰਧਾਰਾ ਜਾਂ ਜਿਹੜੇ ਬਾਹਰ ਸਿੱਖ ਜਾਂ ਵਿਦੇਸ਼ਾਂ ਵਿੱਚ ਬੈਠੇ ਆ, 1984 ਤੋਂ ਬਾਅਦ ਉਹਨਾਂ ਦਾ ਕਾਫੀ ਮਨ ਬਦਲ ਗਿਆ। ਲੋਕ ਖਾਲਿਸਤਾਨ ਲਈ ਜਦੋਜਹਿਦ ਕਰਦੀਆਂ ਆ ਰਹੀਆਂ, ਜਥੇਬੰਦੀਆਂ ਆਪਣੇ ਆਪਣੇ ਵਿਚਾਰ ਰੱਖਦੀਆਂ ਆ। ਤੇ ਤੁਹਾਡੇ ਨਾਲ ਵੀ ਕੋਈ ਇਹੋ ਜਿਹੀ ਵਿਚਾਰ ਵਟਾਂਦਰਾ ਜਾਂ ਕੋਈ ਗੱਲਬਾਤ ਤੁਸੀਂ ਆਪਸ ਵਿੱਚ ਕਰਦੇ ਹੁੰਦੇ ਸੀ? ਸਾਡਾ ਇਹਨਾਂ ਮੁੱਦਿਆਂ ਤੇ ਸਟ੍ਰੇਟ ਕਦੀ ਵਿਚਾਰ ਤਾਂ ਨਹੀਂ ਹੋਈ, ਪਰ ਅਸੀਂ ਉਹਨਾਂ ਨੂੰ ਗੁਰਸਿੱਖ ਮੰਨਦੇ ਰਹੇ, ਚਲੋ ਹੁਣ ਵੀ ਮੰਨਦੇ ਹਾਂ ਕਿਤੇ ਨਾ ਕਿਤੇ ਕਿ ਵੀ ਗੁਰਸਿੱਖੀ ਵਿੱਚ ਹੈਗੇ। ਹਾਂਜੀ ਉਸ ਐਂਗਲ ਤੋਂ ਮੈਨੂੰ ਖਾਸ ਕਰਕੇ ਇਹਨਾਂ ਨਾਲ ਕਾਫੀ ਸੁਨੇਹ ਸੀਗਾ, ਤੇ ਐਟ ਸਮ ਪੁਆਇੰਟ ਹੁਣ ਵੀ ਕਿਤੇ ਹੈਗਾ ਕਿ ਵੀ ਇਹ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਕਿ ਬੰਦਾ ਚਲੋ ਗੁਰਸਿੱਖ ਨੇ, ਉਸ ਸੈਂਸ ਤੋਂ ਅਸੀਂ ਕਰ ਰੱਖਿਆ ਇਹਨਾਂ ਦਾ। ਤੇ ਅਦਰ ਦਨ ਦੈਟ ਕਦੀ ਖਾਲਿਸਤਾਨ ਦੀ ਕੋਈ ਏਦਾਂ ਗੱਲ ਨਹੀਂ ਹੋਈ ਘਰ ਵਿੱਚ, ਅੱਛਾ ਕਿਉਂਕਿ ਜਦੋਂ ਅਸੀਂ ਗਏ 99 ਚ ਕੈਨੇਡਾ ਚ, ਤੇ ਅਗਲੇ ਸਾਲ ਅਰੈਸਟ ਹੋ ਗਏ 5 ਸਾਲ ਲਈ, ਅੱਛਾ ਤੇ ਉਹ ਫਿਰ ਪਹਿਲਾ ਟਾਈਮ ਸੀਗਾ ਜੀ। ਉਹ ਚ ਮੈਂ ਜਾਂਦਾ ਰਿਹਾ ਕੀਰਤਨ ਕਰਨ, ਐਵਰੀ ਮਹੀਨੇ ਚ ਮੈਂ 2 ਜਾਂ 3 ਵਾਰੀ ਜਾਣਾ ਪੱਕਾ ਹੀ, ਮੇਰਾ ਨਾਮ ਹੁੰਦਾ ਸੀ ਕਿ ਕੀਰਤਨ ਕਰਨਾ ਹੈਗਾ ਆਪਾਂ ਜਾ ਕੇ। ਉੱਥੇ ਬਾਗੜੀ ਸਾਹਿਬ ਵੀ ਹੁੰਦੇ ਸੀ, ਰਿਆੜ ਭਾਜੀ ਵੀ ਇੰਗਲੈਂਡ ਵਾਲੇ, ਤੇ ਮਲਿਕਪੁਰੀ ਵੀ ਸਾਰੇ। ਹਾਂਜੀ ਦਲੀਪ ਸਿੰਘ ਬਾਗੜੀ ਦੀ ਗੱਲ ਕਰ ਰਹੇ ਤੁਸੀਂ? ਹਾਂਜੀ ਦਲੀਪ ਸਿੰਘ ਬਾਗੜੀ ਭਾਜੀ ਹੋਣੀ ਤੇ ਨਾਲ ਇੰਦਰਜੀਤ ਸਿੰਘ ਰਿਆੜ ਜੀ, ਹਾਂਜੀ, ਤੇ ਸਾਰੀ ਟੀਮ ਉੱਥੇ ਹੁੰਦੀ ਜੇਲ੍ਹ ਚ, ਇਹ ਮੇਰਾ ਨਾਮ ਪੱਕਾ ਹੁੰਦਾ ਸੀ। ਹਾਂਜੀ ਇੰਦਰਜੀਤ ਸਿੰਘ ਰਿਆੜ, ਮੇਰਾ ਖਿਆਲ ਉਹਨਾਂ ਦਾ ਕੇਸ ਕਲੀਅਰ ਹੋ ਗਿਆ ਜਾਂ ਹਲੇ ਉਸ ਬਾਹਰ ਹੈ ਜਾਂ ਕਿੱਦਾਂ? ਹਾਂਜੀ ਬਿਕੋਜ਼ ਹੁਣ ਬਾਹਰ ਨੇ ਉਹ, 30 ਸਾਲ ਤੋਂ ਬਾਅਦ ਹੀ ਇਜ਼ ਆਊਟ ਇਨ ਦਾ ਹਾਊਸ, ਕੁਝ ਕੰਡੀਸ਼ਨਸ ਹੋਣਗੇ ਆਉਣ ਦੇ ਉੱਤੇ। ਤੁਹਾਨੂੰ ਤਾਂ ਇਹ ਉਸ ਵੇਲੇ ਹੈ ਜੇ ਰਿਸ਼ਤੇਦਾਰ ਜਾਂ ਹੈ ਜੇ ਸਿੱਖ, ਕਿੱਦਾਂ ਲੱਗਦਾ ਸੀ ਵੀ ਜਿੱਦਾਂ ਉਹਨਾਂ ਦਾ ਨਾਂ ਰਮਨ ਸਿੰਘ ਦਾ ਜਿਹੜਾ ਏਅਰ ਇੰਡੀਆ ਦਾ ਹਾਦਸਾ ਸੀ ਉਹਦੇ ਵਿੱਚ ਉਹਨਾਂ ਦਾ ਨਾਂ ਲੱਗਦਾ ਸੀ, ਤੇ ਹੁਣ ਉਹ ਇੱਕਦਮ ਇੰਡੀਆ ਚ ਗਿਆ? ਉਹ ਜਿਹੜੀਆਂ ਪਹਿਲਾਂ ਰਿਪੋਰਟਾਂ ਸੀਗੀਆਂ ਜਾਂ ਇੰਡੀਆ ਵਾਲੇ ਉਹਨਾਂ ਦੀ ਡਿਮਾਂਡ ਕਰ ਰਹੇ ਸੀ, ਹੁਣ ਉਹ ਖੁਦ ਚੱਲ ਗਿਆ, ਤੇ ਇਹਦੇ ਚ ਕੀ ਚੱਕਰ ਲੱਗਦਾ, ਘਟਨਾ ਕੀ ਹੈ? ਹਾਂਜੀ ਭਾਜੀ, ਅੱਜ ਤੋਂ ਉਹਨਾਂ ਸਮਿਆਂ ਦੇ ਵਿੱਚ ਜੇ ਕੋਈ ਕਹਿ ਦੇਵੇ, ਜੇ ਆਪ ਜੀ ਵੀ ਫਕਰੋ ਕਹਿ ਲਓ, ਐਗਜ਼ਾਮਪਲ ਦੇ ਰਿਹਾ, ਕੋਈ ਸਾਨੂੰ ਜੀ ਮਿਸਟਰ ਮਲਿਕ ਨੇ ਕੀਤਾ ਮੰਨ ਲਓ ਕੰਮ, ਤੇ ਸਾਡਾ ਇੱਕਦਮ ਸਟ੍ਰੇਟ ਭਾਵ ਸੀ ਕਿ ਇਹ ਸਿੱਖਾਂ ਦਾ ਨਾਂ ਲਾਇਆ ਜਾ ਰਿਹਾ, ਠੀਕ ਹੈ, ਤੇ ਕੀਤਾ ਤੇ ਉਹਨਾਂ ਨੇ ਹੀ ਹੈ, ਚਲੋ ਹੈ ਨਾ, ਜਿਵੇਂ ਬੁੱਕਸ ਵੀ ਆਈਆਂ ਸੋਫਟ ਟਾਰਗੇਟ ਜਾਂ ਕਾਮ, ਸਾਡੇ ਸਾਰੇ ਸਿੱਖਾਂ ਦੀ ਨੂੰ ਅੱਜ ਵੀ ਪਤਾ ਹੀ ਹੈ ਕਿ ਪਿੱਛੋਂ ਹੀ ਹੋਇਆ ਕੰਮ ਮੰਨ ਲਓ। ਹੁਣ ਉਸ ਦੇ ਵਿੱਚ ਜਦੋਂ ਇਹਨਾਂ ਦਾ ਨਾਂ ਲੱਗਦਾ ਸੀਗਾ, ਤੇ ਵੀ ਯੂਜ਼ ਟੂ ਸੇ ਨਾ 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 ਨਾ, ਇਹ ਤਾਂ ਲੋਕੀ ਕਿਉਂਕਿ ਰਾਈਜ਼ ਕਰ ਗਏ ਨੇ ਬੰਦੇ, ਸਿੱਖ ਨੇ ਗੁਰਸਿੱਖ ਨੇ ਕੀਤਾ ਜਾ ਰਿਹਾ। ਸੋ ਐਨੀ ਸੋਚ ਹੁੰਦੀ ਸੀਗੀ ਉਹਨਾਂ ਸਮਿਆਂ ਦੇ ਵਿੱਚ, ਵਿਦਆਊਟ ਐਨੀ ਫਰਦਰ ਅਨਾਲਿਸਿਸ। ਹਾਂਜੀ ਤੁਹਾਨੂੰ ਜਦੋਂ ਹੋਣ ਗਏ ਉਹ ਇੰਡੀਆ ਦੇ ਵਿੱਚ, ਤੁਹਾਨੂੰ ਕਿੱਦਾਂ ਲੱਗਾ? ਤੁਸੀਂ ਆਪਣੇ ਵਿਚਾਰਾਂ ਦਾ ਵੈਸੇ ਤੇ ਪ੍ਰਗਟਾਵਾ ਸੋਸ਼ਲ ਮੀਡੀਆ ਤੇ ਕੀਤਾ ਵੀ ਆ, ਪਰ ਅਸੀਂ ਆਪਣੇ ਦਰਸ਼ਕਾਂ ਨੂੰ ਤੁਹਾਡੇ ਵਿਚਾਰ ਜ਼ਰੂਰ ਦੱਸਣੇ ਚਾਹੁੰਦੇ ਹਾਂ, ਤੁਹਾਡੇ ਮਨ ਦੇ ਕੀ ਵਿਚਾਰ ਆ, ਤੁਸੀਂ ਕੀ ਸੋਚਿਆ ਬਈ ਜਿਹੜਾ ਉਹ ਗਏ ਆ, ਐਡੀ ਵੱਡੀ ਉਹਨਾਂ ਦਾ ਨਾਂ ਸੀ ਜਾਂ ਕਿੱਦਾਂ ਆ, ਤੁਹਾਨੂੰ ਕਿੱਦਾਂ ਮਹਿਸੂਸ ਹੋਇਆ? ਹਾਂਜੀ ਗੁਰੂ ਪਿਆਰੇ, ਮੈਨੂੰ 2-3 ਐਂਗਲਸ ਨੇ ਇਹਦੇ ਵਿੱਚ ਜੀ, ਉਹਨਾਂ ਦੇ ਵਿੱਚ ਖੁੱਲ ਕੇ ਗੱਲ ਕਰੋ, ਕੋਈ ਜਿੱਥੇ ਘਬਰਾਉਣ ਦੀ ਨਹੀਂ ਲੋੜ। ਹਾਂਜੀ ਨਹੀਂ ਠੀਕ ਹੈ, ਹਾਂਜੀ ਨਹੀਂ ਖੁੱਲ ਕੇ ਕਰਨੀ ਚਾਹੀਦੀ ਹੈ। ਤੇ 2-3 ਐਂਗਲਸ ਹੈਗੇ ਨੇ ਸਾਰੇ ਟ੍ਰਿਪ ਦੇ। ਹਾਂਜੀ ਸਿਲਸਿਲੇ ਦੇ ਵਿੱਚ ਇੱਕ ਐਂਗਲ ਆਉਂਦਾ ਕਿ ਉਹ ਏਅਰ ਇੰਡੀਆ ਦਾ ਕੇਸ, ਠੀਕ ਹੈ, ਇੱਕ ਸੈਪਰੇਟ ਹੈ ਕਿ ਵੀ ਇੱਕ ਬੰਦਾ ਕਾਲੀ ਸੂਚੀ ਵਿੱਚ ਹੋਵੇ, ਭਾਵੇਂ ਪੁਆਇੰਟ ਨੰਬਰ 2 ਲਾ ਲਓ ਕਾਲੀ ਸੂਚੀ, ਆ ਇਕੱਠਾ ਕਰ ਲਓ ਪੁਆਇੰਟ ਹੈ। ਇੱਕ ਉਹ ਪੁਆਇੰਟ, ਇੱਕ ਉਹ ਸਟ੍ਰੀਮ ਹੈ ਕਿ ਵੀ ਉਹ ਇੱਕ ਇਨਵੈਸਟੀਗੇਟਿਵ ਤਰੀਕੇ ਨਾਲ ਫਾਇੰਡ ਆਊਟ ਕਰਨਾ, ਇੱਕ ਉਹ ਪੱਖ ਹੈ ਜੀ, ਠੀਕ ਹੈ। ਦੂਜਾ ਪੱਖ ਹੈਗਾ ਕਿ ਜਿਹੜੇ ਬਿਆਨ ਇਹਨਾਂ ਦੇ ਅਬਾਊਟ ਖਾਲਿਸਤਾਨ, ਸੋ ਇਹ ਦੋ ਇੱਕ ਡਿਸਕਸ਼ਨ ਹੋਣੀ ਚਾਹੀਦੀਆਂ ਨੇ। ਤੇ ਨੰਬਰ 2 ਦਾ ਤੁਸੀਂ ਪੁੱਛਿਆ ਇਸ ਕੁਐਸਚਨ ਵਿੱਚ ਕਿ ਵੀ ਤੁਹਾਨੂੰ ਕਿੱਦਾਂ ਲੱਗਿਆ ਕਿ ਮੇਰੇ ਆਪਣੇ ਪਰਸਨਲ ਵਿਚਾਰ ਕੀ ਨੇ, ਹਿਜ਼ ਅਪਰੋਚ ਟੂ ਰੈਫਰੈਂਡਮ 2020 ਜਾਂ ਖਾਲਿਸਤਾਨ ਬਾਰੇ ਜੋ ਬਿਆਨ ਦਿੱਤੇ ਉਹਨਾਂ ਨੇ, ਹਾਂਜੀ ਹਾਂਜੀ, ਉਹਦੇ ਬਾਰੇ ਮੈਂ ਟਿੱਪਣੀ ਕਰਾਂ। ਮੈਨੂੰ ਏਦਾਂ ਲੱਗਦਾ ਵੀਰ ਜੀ ਕਿ ਬਈ ਹੀ ਹੈਜ਼ ਨੋ ਰਾਈਟ,
ਉਹਨਾਂ ਨੇ ਜਿੱਦਾਂ ਕੀਤੀ ਨਾ, ਜਿੱਦਾਂ ਸਟੇਟਮੈਂਟ ਦਿੱਤੀ ਕਿ ਜੀ ਆ ਰੈਫਰੈਂਡਮ ਕੈਨੇਡਾ ਅਮਰੀਕਾ ਚ ਨਹੀਂ ਸੱਜਦਾ, ਜੇ ਹੋਣਾ ਤਾਂ ਉੱਥੇ ਹੋਵੇ, ਇੱਕ ਮਿੰਟ ਲਈ ਵੀ ਕਿਉਂ ਨਾ ਹੋਵੇ, ਤੁਸੀਂ ਕੈਨੇਡੀਅਨ ਸਿਟੀਜ਼ਨ ਨਹੀਂ ਹੈਗੇ, ਤੁਸੀਂ ਉੱਥੇ ਜਾ ਕੇ ਬਿਆਨ ਕਿੱਦਾਂ ਦੇ ਰਹੇ ਹੋ, ਫੋਰ ਹੋਵੇ ਜਾਂ ਅਗੇਂਸਟ ਹੋਵੇ ਵੱਖਰੀ ਗੱਲ ਹੈ, ਪਰ ਤੁਸੀਂ ਨਹੀਂ ਜਾ ਰਹੇ ਉੱਥੇ ਬਿਆਨ ਦੇ ਰਹੇ, ਤੁਹਾਡਾ ਕੀ ਰੈਲੇਵੈਂਸ ਬਣਦਾ ਵੀ ਉੱਥੇ ਜਾ ਕੇ ਪੋਲੀਟੀਕਲ ਸਟੇਟਮੈਂਟ ਦਿਓ, ਤੇ ਜੇ ਤੁਸੀਂ ਦੇ ਸਕਦੇ ਹੋ ਤਾਂ ਰੈਫਰੈਂਡਮ ਕਿਉਂ ਨਹੀਂ ਹੋ ਸਕਦਾ ਬਾਹਰਲੇ ਕੰਟਰੀਜ਼ ਦੇ ਵਿੱਚ, ਇੱਕ ਕੈਨੇਡੀਅਨ ਸਿਟੀਜ਼ਨ ਉੱਥੇ ਜਾ ਕੇ ਆਪਣੇ ਬਿਆਨ ਦੇ ਸਕਦਾ, ਤੇ ਰੈਫਰੈਂਡਮ 2020 ਬਾਹਰਲੇ ਮੁਲਕਾਂ ਚ ਕਿਉਂ ਨਹੀਂ ਹੋ ਸਕਦਾ, ਇੱਕ ਡੈਮੋਕ੍ਰੈਟਿਕ ਤਰੀਕੇ ਨਾਲ ਜੋ ਚੱਲ ਰਿਹਾ ਹੈ, ਖਾਲਿਸਤਾਨ ਬਾਰੇ ਵੀ ਕਿਹਾ ਨਾ ਵੀ ਜਿਹੜਾ ਖਾਲਿਸਤਾਨ ਮਤਲਬ ਨਾਲੇ ਉਹਨੇ ਲਾਂਘੇ ਦੀ ਗੱਲ ਕਰਦਿਆਂ ਕਰਦਿਆਂ ਦੋਨਾਂ ਦੇਸ਼ਾਂ ਦੀ ਵੀ ਕਾਫੀ ਸ਼ਲਾਘਾ ਕੀਤੀ ਆ, ਜਿਹੜੀ ਚਲੋ ਬਣਦੀ ਵੀ ਆ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ, ਵਧੀਆ ਗੱਲ ਹੋਈ ਆ, ਪਰ ਨਾਲ ਹੀ ਉਹਨਾਂ ਨੇ ਉਹ ਗੱਲ ਨੂੰ ਲਿਆ ਕੇ 2020 ਨਾਲ ਜੋੜ ਕੇ ਖਾਲਿਸਤਾਨ ਦੀ ਵਿਰੋਧਤਾ ਕਰਕੇ ਉੱਥੇ ਹੀ ਆਪਾਂ ਗੱਲ ਲਿਆਉਂਦੇ ਹਾਂ ਵੀ ਇਹ ਤੁਹਾਨੂੰ ਜਦੋਂ ਤੁਸੀਂ ਸੁਣਿਆ ਜਾਂ ਤੁਹਾਨੂੰ ਪਰਿਵਾਰਕ ਮੈਂਬਰਾਂ ਨੂੰ ਰਿਸ਼ਤੇਦਾਰਾਂ ਨੂੰ ਕਿੱਦਾਂ ਲੱਗਦਾ? ਹਾਂਜੀ ਵੀਰ ਜੀ, ਏਦਾਂ ਹੀ ਹੈਗਾ ਕਿ ਵੀ ਦਿਸ ਇਜ਼ ਵਾਟ ਆਈ ਐਮ ਫੀਲਿੰਗ, ਕਿ ਤੁਸੀਂ ਵੱਧ ਤੋਂ ਵੱਧ ਤੁਸੀਂ ਜੇ ਗਏ ਹੋ, ਵੱਖਰੀ ਗੱਲ ਹੈ, ਚਲੋ ਇੱਕ ਵੱਖਰਾ ਪਹਿਲਾ ਐਂਗਲ ਜਿਹੜਾ ਆਪਾਂ ਕਿਹਾ ਹੈਗਾ ਉਹਨੂੰ ਡਿਸਕਸ਼ਨ 'ਚ ਨਹੀਂ ਲੈ ਕੇ ਆਉਂਦਾ ਆਪਾਂ, ਜਾਂ ਪੂਰੀ ਸਮਝ ਵੀ ਨਹੀਂ, ਤੇ ਜਿਹੜਾ ਨੰਬਰ 2 ਹੈਗਾ ਜਿਹੜਾ ਖਾਲਿਸਤਾਨ ਦੇ ਬਿਆਨ ਦੇਣੇ ਅਗੇਂਸਟ ਉਸ ਚੀਜ਼ ਦੇ, ਤੁਸੀਂ ਬਈ ਕਿਉਂ ਦਿੱਤੇ? ਤੁਸੀਂ ਜਾਣਾ ਜਾਓ ਉੱਥੇ, ਆ ਵੱਖਰਾ ਐਂਗਲ ਹੈ, ਤੁਸੀਂ ਖਾਲਿਸਤਾਨ ਦੀ ਗੱਲ ਕਰ ਕੇ ਰਹੇ ਉੱਥੇ ਜਾ ਕੇ, ਇਟ ਮੀਨਸ ਦੇ ਕਰ ਰਹੇ ਤਾਂ ਉਹ ਸਪੈਸੀਫਿਕਲੀ ਉਹਨਾਂ ਦੇ ਅਗੇਂਸਟ ਨੇ, ਖਾਲਿਸਤਾਨ ਦੇ ਵਿਰੁੱਧ ਬੰਦਾ ਹੀ ਬਿਆਨ ਦੇਗਾ ਪਬਲਿਕਲੀ, ਠੀਕ ਹੈ, ਤੇ ਤੁਸੀਂ ਨਿਊਟਰਲ ਕਿਉਂ ਹੋ, ਤਾਂ ਕਿ ਤੁਸੀਂ ਨਾ ਕਹੋ ਕੁਝ। ਹਾਂਜੀ, ਹੁਣ ਉਹ ਇਕੱਲੇ ਗਏ ਆ ਜਾਂ ਪਰਿਵਾਰ ਸਮੇਤ ਗਏ ਆ ਜਾਂ ਉਹਨਾਂ ਦੇ ਬੱਚੇ ਇੱਥੇ ਆ ਜਾਂ ਉਹ, ਕਿਉਂਕਿ ਜਈ ਆ ਕਈ ਰਿਹਾ ਆਪਾਂ। ਹਾਂਜੀ, ਮੈਂ ਦੇਖੋ ਉਸ ਪਰਿਵਾਰ ਨਾਲ ਨਿੱਜੀ ਕਾਰਨਾਂ ਕਰਕੇ ਤਾਂ ਹੀ ਆਪਾਂ ਇੱਥੇ ਖੜੇ ਅੱਜ, ਤੇ ਉਹ ਮੇਰੇ ਪਰਸਨਲ ਕੋਈ ਹੈਗੇ ਨੇ ਜੋ ਕਿ ਪਬਲਿਕ ਨਾਲ ਹੀ ਕੋਈ ਗੱਲ ਉਸ ਗੱਲ ਦਾ, ਤੇ ਮੈਂ ਉਹਨਾਂ ਦੇ ਟੱਚ ਨਹੀਂ ਹੈਗਾ ਜੀ ਪਿਛਲੇ 5-7 ਸਾਲ ਤੋਂ। ਹਾਂਜੀ, ਮੈਂ ਪੁੱਛਣਾ ਚਾਹੁੰਦਾ ਵੀ ਜੇ ਰਿਸ਼ਤੇਦਾਰੀ ਇਹ ਵੀ ਪਤਾ ਹੁੰਦਾ ਕਿ ਜਿੱਦਾਂ ਆਪਾਂ ਘਰ ਦੇ ਵਿੱਚ ਹੁਣ ਮੇਰੇ ਬੱਚੇ ਆ, ਉਹ ਮੇਰੇ ਵਿਚਾਰਾਂ ਨੂੰ ਅੱਜ ਤੋਂ 20-30 ਸਾਲ ਪਹਿਲਾਂ ਦੇ ਜਾਣਦੇ ਵੀ ਇਹਦੇ ਸਾਡੇ ਪਿਤਾ ਦੇ ਵਿਚਾਰ ਕਿਹੋ ਜਿਹੇ ਆ, ਤੁਹਾਡੇ ਬੱਚੇ ਤੁਹਾਡੇ ਬਾਰੇ ਜਾਣਦੇ ਆ, ਉਹਨਾਂ ਦੇ ਬੱਚੇ ਉਹਨਾਂ ਬਾਰੇ ਜਾਣਦੇ ਹੋਣਗੇ, ਜਦੋਂ ਇੱਕਦਮ ਦਾ ਬਦਲ ਜਾਂਦਾ ਤੇ ਉਹ ਬੱਚੇ ਵੀ ਸੋਚਦੇ ਆ ਬਈ ਪਹਿਲਾਂ ਤੇ ਏਦਾਂ ਸੀ ਹੁਣ ਏਦਾਂ ਕਿਉਂ ਹੋ ਗਿਆ। ਹਾਂਜੀ ਵੀਰ ਜੀ, ਮੈਨੂੰ ਕੋਈ ਆਈਡੀਆ ਨੀ, ਮੈਨੂੰ ਕੁਛ ਨੀ ਪਤਾ ਇਹਦੇ ਬਾਰੇ ਜੀ, ਕਿ ਵੇਰਵਾ ਕੌਣ ਗਿਆ ਕੌਣ ਨਹੀਂ ਗਿਆ ਉੱਥੇ, ਮੈਨੂੰ ਤਾਂ ਮੀਡੀਆ ਚ ਲੱਗਿਆ ਪਤਾ ਰਿਸ਼ਤੇਦਾਰੀ ਬਿਲਕੁਲ ਨਹੀਂ ਪਤਾ ਕਿ ਉਧਰੋਂ ਕਿਸੇ ਰਿਲੇਟਿਵ ਵੱਲੋਂ ਇੰਡੀਆ ਵਿੱਚੋਂ ਜਾਂ ਇੱਥੋਂ ਕਿਤੋਂ ਕੋਈ ਕਨੈਕਸ਼ਨ ਨਹੀਂ ਸੀ, ਐਕਸੈਪਟ ਕਿ ਮੀਡੀਆ ਚੋਂ ਲੱਗਿਆ ਪਤਾ, ਮੈਂ ਸੱਚ ਆਪ ਜੀ ਨੂੰ ਕਹਿ ਰਿਹਾ ਜੀ, ਇਸ ਤੋਂ ਜ਼ਿਆਦਾ ਨਹੀਂ ਮੈਂ ਕੁਛ ਦੁਬਾਰਾ ਕਵਾਂਗਾ। ਮੈਨੂੰ ਨਹੀਂ ਪਤਾ ਸੀਗਾ ਕਿ ਉਹ ਜਾ ਰਹੇ ਨੇ ਜਾਂ ਨਾਲ ਉਹਨਾਂ ਦੇ ਕੌਣ ਗਿਆ, ਜੋ ਮੀਡੀਆ ਚ ਆ ਰਿਹਾ ਜਾਂ ਆਪ ਜੀ ਵਰਗੇ ਸਿੱਖਾਂ ਤੋਂ ਪਤਾ ਲੱਗ ਰਿਹਾ ਸਾਨੂੰ, ਦੈਟਸ ਆਲ ਇਟ ਇਜ਼, ਤੇ ਤੁਸੀਂ ਜਿਹੜਾ ਕਿਉਂਕਿ ਆਪਾਂ ਕੱਟ ਆਫ ਹੀ ਆ ਜਦ। ਹਾਂਜੀ, ਤੁਸੀਂ ਜਿਹੜਾ ਵਟਸਐਪ ਤੇ ਸਟੇਟਮੈਂਟ ਪਾਈ ਸੀ, ਤੁਸੀਂ ਕਿਹਾ ਵੀ ਮੈਂ ਉਦੋਂ ਆਪ ਉੱਥੇ ਇੰਡੀਆ ਚ ਸੀ ਤੇ ਇਹ ਉਸ ਵੇਲੇ ਵੀ ਦਿੱਲੀ ਗਏ ਸੀਗੇ, ਉਸ ਵੇਲੇ ਦੀ ਵੇਲੇ ਜਿੱਦਾਂ ਤੁਸੀਂ ਇਹ ਉਹ ਮੈਂ ਗੱਲ ਦੁਬਾਰਾ ਤੁਹਾਡੇ ਮੂੰਹ ਤੇ ਸੁਣਨੀ ਚਾਹੁੰਦਾ ਵੀ ਜਦੋਂ ਉਦੋਂ ਗਏ ਸੀ ਕਿਹਨੂੰ ਮਿਲੇ ਸੀ, ਕੌਣ ਸੀ ਜਾਂ ਕੀ ਤੁਹਾਨੂੰ ਕਿੱਦਾਂ ਲੱਗਦਾ ਸੀ ਉਦੋਂ? ਹਾਂਜੀ ਭਾਜੀ, ਉਹ ਚ ਮੈਂ ਸਾਰਾ ਡਿਟੇਲ ਚ ਕਵਰ ਕਰਨਾ ਚਾਹਾਂਗਾ ਕਿਉਂਕਿ ਉਹ ਮੇਨ ਟੌਪਿਕ ਆਪਣੇ ਕੋਲ ਉਹੀ ਹੈਗਾ, ਤੇ ਨਾਲੇ ਵੀਡੀਓ ਵੀ ਜਾ ਚੁੱਕੀ ਆ, ਵਾਇਰਲ ਹੋ ਚੁੱਕੀ ਆ। ਤੇ ਉਸ ਦੇ ਵਿੱਚ ਭਾਜੀ ਇਹਦਾ ਹੈਗਾ 95 ਦੀ ਗੱਲ ਹੈ, ਚਲੋ ਮੈਨੂੰ ਭੁਲੇਖਾ ਲੱਗ ਗਿਆ, 94 ਐਂਡ ਹੋਣਾ ਜਿੱਦਾਂ ਮੰਨ ਲਓ ਦਸੰਬਰ ਹੋਣਾ, ਫਿਰ ਓਵਰਲੈਪ ਦਸੰਬਰ, ਚਲੋ 90 ਰਫਲੀ ਯਾਦ ਹੈ, 94-95 ਏਦਾਂ ਕਹਿ ਲਓ ਆਪਾਂ, ਕਿਹੜਾ ਯਾਦ ਰੱਖਿਆ ਸਹਿਜ ਸੁਭਾਈ, ਗੱਲਾਂ ਬਾਹਰ ਆਈਆਂ ਹੁਣ ਬੈਕ ਜਦੋਂ ਦੇਖਦੇ ਹਾਂ।
ਓਕੇ ਤੇ ਕਾਰਨ ਬਣਦੇ ਨੇ ਕਹਿ ਲਓ। ਮੈਨੂੰ ਇੱਕ ਫਰੈਂਡ ਨੇ ਆ ਕਹਿੰਦਾ ਤੂੰ ਇਹ ਗੱਲ ਪਹਿਲਾਂ ਕਿਉਂ ਨਹੀਂ ਕਹੀ, ਹੁਣ ਹਾਂ ਆ ਸਮੇਂ 'ਚ ਕਿਉਂ ਨਹੀਂ ਕਹੀ। ਮੈਂ ਕਿਹਾ ਮੈਨੂੰ ਪਤਾ ਨਹੀਂ ਸੀ ਇਸ ਗੱਲ ਦਾ, ਜਦ ਮੈਂ ਸੋਚ 2000 ਨਹੀਂ। 'ਚ ਕੇਸ ਅਗਲਿਆਂ ਦੇ ਉੱਤੇ, ਹਾਂ ਤੇ 95 'ਚ ਸਾਡੇ ਰਿਲੇਟਿਵ ਹੋਣ ਦੇ ਨਾਤੇ ਮੈਂ ਨਾਲ ਹਾਂ ਗਿਆ ਇੱਕ ਚਾਹ ਨਾਲ। ਚਲੋ ਸਿੰਘ ਸਾਹਿਬ ਆਏ ਨੇ ਬਾਹਰੋਂ, ਸਾਡੇ ਬੜੇ ਕਲੋਜ਼ ਮੇਰੇ ਰਿਲੇਟਿਵ ਨੇ, ਤੇ ਮੈਨੂੰ ਹਾਂ ਉਹਨਾਂ ਹਾਂ ਨਾਲ ਸਤਿਕਾਰ ਸੀਗਾ ਤੇ ਮੈਂ ਨਾਲ ਗਿਆ। ਹਾਂ ਤੇ ਸਮਝਾਂ ਦੀ ਜਦ ਤੱਕ ਇਹ ਸਾਰਾ ਕੁਝ ਟੇਕਸ ਟਾਈਮ ਟੂ ਬਿਲਡ ਅਪ ਦ ਹੋਲ ਅਨਾਲਿਸਿਸ, ਜੀ ਅਜੇ ਵੀ ਪੂਰਾ ਨਹੀਂ ਹੈਗਾ। ਤੇ ਅੱਛਾ ਸੋ ਹੀ ਕਮਸ ਟੂ ਇੰਡੀਆ, ਆਪਣੇ ਦੇ ਪਿਤਾ ਜੀ ਐਕਸਪਾਇਰ ਹੋਏ ਨੇ ਜਦੋਂ, ਤੇ ਆਬਵੀਅਸਲੀ ਆਉਣਾ ਹੁੰਦਾ ਉਹ ਤਾਂ। ਤੇ ਠੀਕ ਕਹਿਣ ਤੋਂ ਭਾਵ ਹੈ ਕਿ ਇਹਦੇ ਵਿੱਚ ਇੱਕ ਪੁਆਇੰਟ ਤਾਂ ਜਿੰਨਾ ਕੁ ਅਨਾਲਿਸਿਸ ਮੈਨੂੰ ਹੈਗਾ ਕਿ ਕਾਲੀ ਸੂਚੀ ਵਾਲਾ ਕੰਮ ਕੀ ਹੋਇਆ ਫਿਰ। 90s 'ਚ ਤਾਂ ਹਾਂ ਕੋਈ ਕਾਲੀ ਸੂਚੀ ਨਾ ਦੀ, ਜੇ ਕਾਲੀ ਸੂਚੀ ਹੋਵੇ ਠੀਕ ਤਾਂ ਮੇਰਾ ਟੈਕਨੀਕਲ ਪੁਆਇੰਟ, ਮੈਨੂੰ ਇਦਾਂ ਮਹਿਸੂਸ ਹੁੰਦਾ, ਇਫ ਆਈ ਮੇ ਬੀ ਰੋਂਗ ਆਈ ਐਮ ਨਾਟ ਸ਼ੋਰ, ਕਿ ਬੰਦੇ ਦੇ ਕੋਈ ਰਿਲੇਟਿਵ ਐਕਸਪਾਇਰ ਹੋ ਜਾਣ ਤੇ ਕਾਲੀ ਸੂਚੀ ਵਾਲਾ ਬੰਦਾ ਸ਼ਾਇਦ ਫੇਰ ਵੀ ਨਹੀਂ ਜਾ ਸਕਦਾ ਉੱਥੇ, ਜਾਂ ਜਾ ਸਕਦਾ ਮੈਨੂੰ ਨਹੀਂ ਜਦੋਂ ਪਤਾ ਜੀ। ਪੀਪੀ ਮੈਂ ਤਾਂ ਜਿਆਦਾ ਉਹਨਾਂ ਨੇ ਮਤਲਬ ਕੰਪਿਊਟਰ ਦੇ ਪਾਇਆ ਹੁੰਦਾ ਤਾਂ ਕਲੀਅਰ ਹੀ ਨਹੀਂ ਹੋ ਸਕਦੇ ਹਾਂਜੀ ਹਾਂ, ਜਿਹੜਾ ਮਤਲਬ। ਚਲੋ ਇਹ ਗੱਲ ਆਪਾਂ ਪੂਰੀ ਕਰੀਏ, ਚਲੋ ਉਦੋਂ ਕੀ ਅੱਛਾ ਹੋਇਆ। ਹਾਂ ਮੈਂ ਕਰਦਾ ਗਿਆ ਜੀ। ਠੀਕ ਹੈ ਜੀ, ਪਹਿਲੇ ਇੱਕ ਮਿੰਟ 91 ਦਾ ਕਵਰ ਕਰ ਲਾਂ ਫਿਰ 95 'ਚ ਡਿਟੇਲ ਜਾਂਦੇ ਹਾਂ। 91 'ਚ ਠੀਕ ਹੈ। ਕੈਨੇਡਾ ਦੇ ਬਹੁਤ ਸਾਰੇ ਪਰਿਵਾਰ ਵੈਨਕੂਵਰ ਇਲਾਕੇ ਤੋਂ ਖਾਸ ਕਰਕੇ ਨਾਲ ਗਏ ਨੇ ਜੀ ਠੀਕ ਉੱਥੇ ਜੱਥਾ ਲੈ ਕੇ। ਮੈਂ ਵੀ ਨਾਲ ਸੀ ਉੱਥੇ ਜਦੋਂ ਚੰਡੀਗੜ੍ਹ ਪਹੁੰਚਿਆ ਜੱਥਾ, ਸਾਡੇ ਘਰਾਂ 'ਚ ਹੀ ਟਿਕਾਓ ਸੀ, ਮੇਰੀ ਠੀਕ ਸਕੀ ਸਿਸਟਰ ਦੇ ਘਰੇ ਤੇ ਸਾਰੀ ਲੰਗਰ ਸੀ ਉੱਥੇ ਛਕਿਆ ਛਕਾਇਆ ਕਹਿ ਲਓ, ਜਾਂ ਹੋਸਟ ਹੋਏ। ਤੇ ਉਸ ਤੋਂ ਬਾਅਦ ਸਾਰੇ ਅਨੰਦਪੁਰ ਸਾਹਿਬ ਹੋਰ ਥਾਵਾਂ ਤੇ ਵੀ, ਜਾਂ ਪਹਿਲਾਂ ਵੀ ਕੁਝ ਕਰਕੇ ਆਏ ਹੋਣੇ ਚੰਡੀਗੜ੍ਹ ਤੱਕ ਵੀ, ਤੇ ਉਹ ਸਾਰਾ ਜੱਥਾ ਬਹੁਤ ਸਾਰੀ ਅਬਾਊਟ 100 ਪੀਪਲ ਕੈਨੇਡਾ ਤੋਂ ਵੈਨਕੂਵਰ ਇਲਾਕੇ ਤੋਂ ਨਾਲ ਗਏ ਨੇ ਇਹਨਾਂ ਦੇ। ਸੋ ਉਹ ਤਾਂ ਕੋਈ ਓਕੇ ਪਬਲਿਕ ਗੱਲ ਆਲਰੇਡੀ ਹੈਗੀ ਹੈ, ਇਹ ਤਾਂ ਚੰਡੀਗੜ੍ਹ ਹਾਂ ਦੀ ਗੱਲ ਹੈ ਨਾ, ਉਹ ਤਾਂ ਸਭ ਨੂੰ ਪਤਾ ਹੀ ਹੋਣਾ ਚਾਹੀਦਾ 95 'ਚ ਗਏ ਨੇ। ਠੀਕ ਹੈ। ਹਾਂ ਹੁਣ ਅਗਲੀ ਸੂਚੀ ਕਦੋਂ ਸ਼ੁਰੂ ਹੁੰਦੀ ਹੈ ਵੱਖਰੀ ਗੱਲ ਹੈ ਹੁਣ। ਅੱਛਾ, ਉਸ ਤੋਂ ਹਾਂਜੀ ਬਾਅਦ 95 'ਚ ਇਹਨਾਂ ਦੀ ਪਰਸਨਲ ਵਿਜ਼ਿਟ ਸੀ ਜੀ, ਡੈਡੀ ਐਕਸਪਾਇਰ ਇਹਨਾਂ ਦੇ ਹੋਏ, ਸਰਦਾਰ ਰਣਜੀਤ ਸਿੰਘ ਜੀ ਮਲਿਕ। ਤੇ ਫਿਰ ਮੈਨੂੰ ਜਿਵੇਂ ਚਾਹ ਸੀ ਜੀ ਚੰਡੀਗੜ੍ਹ, ਮੈਂ ਰਹਿੰਦਾ ਅਸੀਂ ਮੋਹਾਲੀ ਹੁੰਦੇ ਹਾਂ ਪ੍ਰੈਜੈਂਟਲੀ, ਹੁਣ ਤੱਕ ਠੀਕ ਮੋਹਾਲੀ ਰਹੇ ਹਾਂ ਮੇਰੇ ਹਾਂ ਪੇਰੈਂਟਸ ਵਗੈਰਾ, ਤੇ ਠੀਕ ਹੈ ਚੰਡੀਗੜ੍ਹ 'ਚ ਪਹਿਲਾਂ ਸੀ ਜੰਪਲ ਮੈਂ ਚੰਡੀਗੜ੍ਹ ਦਾ। ਹਾਂ ਤੇ ਉੱਥੋਂ ਅਸੀਂ ਗਏ ਜੀ ਆਪਣਾ ਦਿੱਲੀ, ਕੇ ਵੀ ਓਕੇ ਮਿਸਟਰ ਮਲਿਕ ਆਏ ਨੇ ਤੇ ਆਪਾਂ, ਮੈਨੂੰ ਚਾਹ ਸੀ ਹਮੇਸ਼ਾ ਹੈ ਨੇ, ਮੈਂ ਕੈਨੇਡਾ ਅਮਰੀਕਾ 'ਚ ਵੀ ਆਉਣਾ ਚਾਹੁੰਦਾ ਸੀਗਾ ਉਹਨਾਂ ਦੇ ਹਾਂ ਤੇ ਹੁਣ ਆਈ ਹੋਈ ਆ ਜਿਵੇਂ। ਤੇ ਠੀਕ ਹੈ। ਸੋ ਆਈ ਵੈਂਟ ਟੂ ਹਿਮ ਕਿ ਵੀ ਆਪਣੇ ਰਿਲੇਟਿਵ ਨੇ, ਤੇ ਮੈਂ ਚਲੇ ਗਿਆ ਉਦਾਂ ਜਿਵੇਂ ਕਹਿ ਲਓ ਬਚਪਨਾ ਹੁੰਦਾ ਕਹਿ ਲਓ, ਜਾਂ ਇੱਕ ਚਾਹ ਨਾਲ ਚਲੇ ਗਏ ਆਪਾਂ। ਹਾਂ, ਤੇ ਖੁਸ਼ੀ ਉਸ ਵੀ ਦਿਨ ਹੁੰਦੀ ਇਹਨਾਂ ਦੇ ਹੈ ਬ੍ਰਦਰ ਮੈਂ ਹੈਗੇ ਨੇ। ਹਾਂਜੀ, ਮੈਂ ਕਿਹਾ ਖੁਸ਼ੀ ਵੀ ਹੁੰਦੀ ਹੈ ਵੀ ਸਾਡਾ ਰਿਸ਼ਤੇਦਾਰ ਆ, ਨਾਲ ਜਾਂਦੇ ਆ। ਬਿਲਕੁਲ ਹਾਂ, ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ। ਹਾਂਜੀ ਤੇ ਇਹਨਾਂ ਦੇ ਠੀਕ। ਬ੍ਰਦਰ ਉੱਥੇ ਹੈਗੇ ਨੇ ਜੀ, ਸਰਦਾਰ ਜਸਜੀਤ ਸਿੰਘ ਮਲਿਕ, ਗ੍ਰੇਟਰ ਕਰਾਸ਼ ਵਿੱਚ ਉੱਥੇ ਉਹਨਾਂ ਦੀ ਕੋਠੀ ਹੈ। ਤੇ ਉੱਥੇ ਹਾਂਜੀ ਉਸ ਫੈਮਿਲੀ ਦਾ ਤਾਂ ਅਜੇ ਵੀ ਸਾਡੇ ਨਾਲ, ਮੇਰੇ ਬਾਕੀ ਰਿਲੇਟਿਵਸ ਨਾਲ ਹੈਗਾ ਗੱਲਬਾਤ ਹੈਗੀ ਹੈ, ਅੱਜ ਵੀ ਆਉਂਦੇ ਜਾਂਦੇ ਨੇ ਸਾਡੇ ਘਰਾਂ 'ਚ। ਤੇ ਉਹਨਾਂ ਦਾ ਸਭ ਤੋਂ ਠੀਕ ਜ਼ਿਆਦਾ ਸਾਡਾ ਨਾਲ ਸੀਗਾ ਆਉਣਾ ਜਾਣਾ, ਠੀਕ ਬਿਕਾਜ਼ ਉਹ ਲੋਕਲ ਸੀ ਇੰਡੀਆ 'ਚ, ਅਸੀਂ ਵੀ ਇੰਡੀਆ 'ਚ ਗਰੋ ਅਪ ਹੋਏ ਹਾਂ। ਠੀਕ ਹੈ। 1999 'ਚ ਮੈਂ ਇੱਥੇ ਆਇਆ, ਉਸ ਤੋਂ ਪਹਿਲਾਂ 30-31 ਈਅਰਸ ਮੈਂ ਉੱਥੇ ਸੀਗਾ, ਤੇ ਉਹ ਸਾਰੀ ਫੈਮਿਲੀਜ਼ ਆਉਂਦੀ ਜਾਂਦੀ ਸੀ। ਮੈਂ ਵੀ ਇਹਦੇ ਘਰ ਕਈ ਵਾਰੀ ਜਾ ਚੁੱਕਾ ਜੀਕੇ ਦੇ ਗ੍ਰੇਟਰ ਠੀਕ ਕਰਾਸ਼ ਵਿੱਚ। ਤੇ ਓਕੇ ਉਹਨਾਂ ਦੇ ਘਰ ਠਹਿਰੇ ਸੀ ਮਾਸਟਰ ਜੀ ਆਪਣੇ, ਤੇ ਹਾਂ ਸੋ ਉਹਦੇ ਵਿੱਚ 2-3 ਦਿਨ ਮੈਂ ਰਿਹਾ ਜੀ ਉੱਥੇ ਦਿੱਲੀ। ਠੀਕ। ਉਹਦੇ ਵਿੱਚ 3 ਦਿਨਾਂ ਦੇ ਵਿੱਚ ਤੇ ਇਹਨਾਂ ਨੇ ਆਪਣੇ ਆਪਣੇ ਜਿੱਥੇ ਹੋਰ ਬਿਜ਼ਨਸ ਵੀ ਹੈਗੇ ਨੇ ਇਹਨਾਂ ਦੇ, ਉੱਥੇ ਵੀ ਗਏ। ਚਲੋ ਮੈਂ ਨਾਲ ਆਪਣਾ ਸੈਰ ਕਰ ਰਿਹਾ ਦਿੱਲੀ ਦੀ, ਤੇ ਨਾਲ ਓਕੇ। ਚਲੇ ਗਏ ਉੱਥੇ ਰਾਸ਼ਟਰਪਤੀ ਭਵਨ ਜੀ। ਹਾਂ ਰਾਸ਼ਟਰਪਤੀ ਭਵਨ ਦੇ 90 ਡਿਗਰੀ ਤੇ 2 ਬਿਲਡਿੰਗਾਂ ਨੇ, ਨਾਰਥ ਬਲਾਕ ਸਾਊਥ ਬਲਾਕ ਜਿਹਨੂੰ ਕਹਿੰਦੇ ਆ। ਉਹਦੇ ਵਿੱਚ ਆਪਾਂ ਹਾਂਜੀ ਸਾਊਥ ਹਾਂਜੀ ਤੇ ਹਾਂਜੀ ਜਿੱਥੋਂ ਤੱਕ ਮੈਂ ਜ਼ਿਆਦਾ ਫੀਅਰ ਕਾਰ ਹੁੰਦੀ ਸੀ ਭਾਜੀ ਉਹਨਾਂ ਕੋਲ, ਮਿਸਟਰ ਜਸਜੀਤ ਸਿੰਘ ਮਲਿਕ ਕੋਲ, ਗ੍ਰੀਨ ਜੇ ਲਾਈਟ ਗ੍ਰੀਨ ਰੰਗ ਦੀ ਸ਼ਾਇਦ, ਇਹ ਵੇਗਲੀ ਮੈਂ ਗੱਲਾਂ ਕਰ ਰਿਹਾ, ਚਲੋ ਕੁਡ ਬੀ ਰੋਂਗ, ਹਾਂਜੀ ਪਤਾ ਹਾਂਜੀ ਨਹੀਂ ਚਾਹੀਦਾ ਵੈਸੇ, ਆਈ ਥਿੰਕ ਸੋ। ਠੀਕ।
ਤੇ ਨਵੇਂ ਨਵੇਂ ਸੈੱਲਫੋਨ ਆਏ ਸੀ ਉਹਨਾਂ ਟਾਈਮਾਂ ਚ, ਤੇ ਵਿਸ਼ੂ ਹਾਂਜੀ ਮਲਿਕ ਨੇ ਇੱਧਰ ਗਏ ਜੀ ਇੱਥੇ ਸਾਊਥ ਬਲੋਕ ਦੇ ਵਿੱਚ, ਤੇ ਉੱਥੇ ਪਹੁੰਚ ਕੇ ਹਾਂ ਹੀ ਟਾਕਸ ਇਨ ਇੰਗਲਿਸ਼, ਆਈ ਐਮ ਮਲਿਕ ਫਰੋਮ ਕੈਨੇਡਾ, ਏਦਾਂ ਕਰਕੇ, ਓਕੇ ਤੇ ਅਸੀਂ ਮੈਂ ਨਾਲ ਬੈਠਾ ਹੁੰਦੇ ਉੱਥੇ ਰਿਸੈਪਸ਼ਨ ਏਰੀਆ ਵਿੱਚ ਜਿੱਥੇ ਹੁੰਦਾ ਹੈਗਾ, ਠੀਕ ਤੇ ਉਸ ਤੋਂ ਬਾਅਦ ਉਹ ਵਟ ਐਵਰ ਸ਼ਾਇਦ ਉਹ ਬੰਦਾ ਮਿਲਿਆ ਨਹੀਂ ਮਿਲਿਆ ਜਾਂ ਆਫਿਸ ਚ ਹੋਰ ਕਿਤੇ ਅੰਦਰ ਚਲੇ ਗਏ, ਸੋ 30-40 ਮਿੰਟ ਦੇ ਵਿੱਚ ਇਹ ਸਾਰੀ ਇੱਕ ਮੀਟਿੰਗ ਕਹਿ ਲਓ ਜਾਂ ਸੈਟ ਆਫ ਮੀਟਿੰਗਸ ਹੋਣਗੀਆਂ ਜਾਂ ਵਿਜ਼ਿਟ ਹੋਏਗੀ ਕਹਿ ਲਓ, ਜਿਸ ਚ ਮੋਸਟ ਆਫ ਦਾ ਟਾਈਮ ਮੈਂ ਬਾਹਰ ਬੈਠਾ ਸੀ ਜੀ ਉੱਥੇ, ਮੋਸਟ ਆਫ ਸਾਰਾ ਟਾਈਮ ਮੈਂ ਬਾਹਰ ਬੈਠਾ, ਤੇ ਸਮ ਟਾਈਮ ਹੀ ਵਾਸ ਆਲਸੋ ਇਨ ਦਾ ਬਿਗਨਿੰਗ ਆਊਟਸਾਈਡ, ਬਟ ਦੈਨ ਹੀ ਗੋਜ਼ ਅਰਾਊਂਡ, ਤੇ ਅਸੀਂ ਫਿਰ ਜਦ ਵੇਟ ਫੂਟ ਕਰਕੇ ਆ ਗਏ ਤਾਂ ਅਸੀਂ ਆਪਣਾ ਵਾਪਸ ਚਲੇ ਗਏ ਜੀ, ਸੋ 30-40 ਮਿੰਟ ਦੀ ਉੱਥੇ ਵੀ ਵੱਧ ਤੋਂ ਵੱਧ ਘੰਟਾ ਹੋਏਗਾ, ਲੈਸ ਦੈਨ 1 ਆਵਰ, ਠੀਕ ਹੈ। ਜਾਣਕਾਰੀ ਨਹੀਂ ਹੋਊ ਜਾਂ ਉਹਨਾਂ ਜਥੇਬੰਦੀਆਂ ਨੂੰ ਜਿਹਨਾਂ ਨੇ ਇਹਨਾਂ ਨੂੰ ਅੱਗੇ ਕੀਤਾ ਸੀ, ਉਹਨਾਂ ਨੂੰ ਜਾਣਕਾਰੀ ਨਹੀਂ ਹੋਊਗੀ ਵੀ ਹਾਂ ਇਹ ਪਹਿਲਾਂ ਹੀ ਆਲਰੇਡੀ ਜਾਂਦੇ ਆ ਤੇ ਮਿਲਦੇ ਵੀ ਆ ਉੱਥੇ ਵੱਡੇ ਵੱਡੇ ਬੰਦਿਆਂ ਨੂੰ, ਕਿਹਨੂੰ ਮਿਲਦੇ ਆ, ਏਜੰਸੀਆਂ ਨੂੰ ਮਿਲਦੇ ਆ ਜਾਂ ਕਿਸੇ ਸਿਆਸੀ ਬੰਦੇ ਨੂੰ ਮਿਲਦੇ, ਇਹ ਤਾਂ ਜਿੱਦਾਂ ਹੌਲੀ ਹੌਲੀ ਹੁਣ ਜਿੱਦਾਂ ਸਾਰਾ ਕੁਛ ਸਾਹਮਣੇ ਆ ਗਿਆ ਜਦੋਂ ਉਹਨਾਂ ਨੇ ਓਪਨਿੰਗ ਜਾ ਕੇ ਕਰਤਾ ਵੀ ਉਹ ਕਿਹਨੂੰ ਮਿਲਦੇ ਸੀ, ਕੀ ਕਰਦੇ ਸੀਗੇ, ਤੇ ਉਦੋਂ ਤੁਸੀਂ ਕੀ ਸੋਚਦੇ ਸੀ ਤੇ ਅੱਜ ਕੀ ਸੋਚਦੇ? ਭਾਜੀ ਅਸੀਂ ਦੇਖੋ ਹੁਣ ਆਲਮੋਸਟ ਇੱਕ ਪਲਟਾ ਹੀ ਹੈ ਜੀ, ਤੁਸੀਂ ਓਨੈਸਟਲੀ ਪੁੱਛੋ, ਕਿਉਂਕਿ ਜਦੋਂ ਆਪਾਂ ਹੁਣ ਸਾਰਾ ਕੁਝ ਹੀ ਓਪਨ ਹੀ ਕਰ ਲਿਆ, ਆਪ ਹੀ ਕਰ ਲਿਆ ਓਪਨ, ਤੇ ਸਾਡਾ ਕਿਆ ਨਾ ਕਿਹਾ ਗੁਜ਼ਰ ਗਿਆ, ਹਾਂ ਠੀਕ ਹੈ, ਸਪੈਸ਼ਲ ਗੈਸਟ ਬਣੇ ਹੋਏ ਨੇ ਉੱਥੇ ਜਾ ਕੇ, ਤੇ ਫਿਰ ਅਕਾਲੀ ਸੂਚੀ ਦਾ ਪਖੰਡ ਜਿਹਾ, ਐਟਲੀਸਟ 90s ਦੇ ਦਹਾਕੇ ਵਿੱਚ ਤਾਂ ਇਹ ਪਖੰਡ ਹੈ ਇਹਨਾਂ ਬਾਰੇ, ਜੇ ਹੋ ਸਕਦਾ ਮੈਨੂੰ ਇਨਫੋਰਮੇਸ਼ਨ ਹੋਵੇ ਨਾ, ਕੋਈ ਟੈਕਨੀਕਲ ਪੁਆਇੰਟ ਬਣਦਾ ਹੋਵੇ ਕਿ ਜੀ ਬਲੈਕ ਲਿਸਟ ਪਾਇਆ ਜੀ ਇਹਨਾਂ ਨੂੰ 2005 ਤੋਂ ਬਾਅਦ, ਮੰਨ ਲਓ ਜਦੋਂ ਕਿ ਰਿਲੀਜ਼ ਹੁੰਦੇ ਨੇ ਜੇਲ੍ਹ ਚੋਂ, ਉਹ ਤਾਂ ਰਿਲੀਜ਼ ਹੋ ਗਏ ਤੇ ਫਿਰ ਤੁਸੀਂ ਬਲੈਕ ਲਿਸਟ ਪਾ ਦਿੱਤਾ, ਕੀ ਸੈਂਸ ਬਣਦੀ ਹੈ, ਜਾਂ ਚਲੋ ਬਣਦੀ ਹੋਏਗੀ ਵਟ ਐਵਰ, ਪਰ 90s ਦੇ ਦਹਾਕੇ ਵਿੱਚ ਜੇ ਬਲੈਕ ਲਿਸਟ ਹੁੰਦੀ ਹੈ ਇਹਨਾਂ ਦੀ, ਤਾਂ ਇੱਕ ਸ਼ਰਿਆਮ ਫਰਾਡ ਹੈ, ਇੱਕ ਸ਼ਰਿਆਮ ਇੱਕ ਝੂਠ ਹੈ। ਕੁਲਵੀਰ ਸਿੰਘ ਜੀ ਇੱਕ ਗੱਲ ਜਿੱਦਾਂ ਹੋਰ, ਕਿਉਂਕਿ ਜਿੱਦਾਂ ਆਪਾਂ ਖੁੱਲੀਆਂ ਗੱਲਾਂ ਕਰ ਰਹੇ, ਕੋਈ ਆਪਾਂ ਮੀਡੀਆ ਚ ਲੁਕੋ ਕੇ ਨਹੀਂ ਕਰ ਰਿਹਾ, ਜੋ ਮੇਰੇ ਮਨ ਚ ਕੁਐਸਚਨ ਹੈ ਮੈਂ ਪੁੱਛ ਰਿਹਾ, ਜੋ ਤੁਸੀਂ ਦੱਸਣਾ ਉਹ ਤੁਹਾਡੀ ਮਰਜ਼ੀ ਹੈ। ਜਿੱਦਾਂ ਹੁਣ ਮੇਰੇ ਮੈਂ ਇੰਟਰਵਿਊ ਇੱਦਾਂ ਕਰ ਰਿਹਾ ਕਾਫੀ ਬੰਦਿਆਂ ਨਾਲ ਕੀਤੀ ਹੈ, ਜਿੱਦਾਂ ਜਿਹੜੇ ਬੰਦਿਆਂ ਦੇ ਨਾਂ ਰਹੇ ਖਾਸ ਕਰਕੇ ਰਿਪਦਮਨ ਸਿੰਘ ਮਾਲਕ, ਜਿੱਦਾਂ ਇਹਨਾਂ ਨੂੰ ਅਖੰਡ ਕੀਰਤਨੀ ਜਥੇ ਨਾਲ ਵੀ ਸੰਬੰਧਿਤ ਦੱਸਿਆ ਜਾਂਦਾ, ਜਾਂ ਬੱਬਰ ਖਾਲਸਾ ਨੇ ਵੀ, ਜਿੰਨੇ ਕੁ ਨਾਂ ਆਏ ਇਹਨਾਂ ਨੂੰ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਇੱਕੋ ਹੀ ਜਥੇਬੰਦੀ ਦੇ ਬੰਦੇ ਗਏ ਆ, ਜਿੱਦਾਂ ਇਹਦਾ ਕਾਰਨ ਤੁਸੀਂ ਕੀ ਸਮਝ? ਵੀਰ ਜੀ ਇਹਦੇ 'ਚ ਮੇਰਾ ਕੋਈ ਜ਼ਿਆਦਾ ਕਮੈਂਟ ਨਹੀਂ ਹੋਣਾ ਚਾਹੀਦਾ ਨਾ ਹੈਗਾ, ਮੈਨੂੰ ਕਿਉਂਕਿ ਕੁਛ ਗੁਰਸਿੱਖ 'ਚ ਹੋਣ, ਇਹ ਵੀ ਤਾਂ ਗੁਰਸਿੱਖ 'ਚ ਹੀ ਨਹੀਂ, ਦੇਖਿਆ ਜਾਏ ਤਾਂ ਉਸਦਾ ਦਾ ਪਰਸਨਲ ਲਾਈਫ ਅਗਲੇ ਦੀ ਚੰਗੀ ਹੈਗੀ ਹੈ, ਐਂਡ ਆਮ ਸ਼ੋਰ ਚੰਗੀ ਹੈ, ਐਂਡ ਹੀਜ਼ ਚੰਗੇ ਹੀ ਨਹੀਂ, ਚਲੋ ਸਾਰੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਵੈਸੇ ਹੀ ਹਾਂਜੀ, ਪਰ ਜਦੋਂ ਜਿਹੜੇ ਸਿੱਖ ਰਿਲੀਫ 'ਚੋਂ ਕੰਮ ਕਰ ਰਹੇ ਕਿ ਕਿਆ ਕੰਮ ਕਰ ਰਹੇ ਨੇ, ਸੋ ਕਿਆ ਨਹੀਂ ਜਾ ਸਕਦਾ ਜੀ, ਕਿੱਦਾਂ ਨਾਲ ਜੇਲ੍ਹ 'ਚ ਰਹੇ ਨੇ ਮਿਸਟਰ ਬੈਂਸ, 3-4 ਸਾਲ ਉੱਥੇ ਇੰਡੀਆ ਦੇ ਵਿੱਚ ਤਿਹਾਰ ਜੇਲ੍ਹ 'ਚ ਰਹੇ ਨੇ, UK 'ਚ ਵੀ ਪ੍ਰੋਬਲਮ 2 ਸਾਲ, ਤੇ ਉਸ ਤੋਂ ਬਾਅਦ ਸਿੱਖ ਰਿਲੀਫ ਸਟਾਰਟ ਕੀਤੀ ਹੈ ਇਹਨਾਂ ਨੇ, ਕੰਮ ਤਾਂ ਵਧੀਆ ਹੋ ਰਿਹਾ ਜੀ, ਪਰ ਗਏ ਨੇ ਭਰੋਸੇ ਚ ਲੈਣਾ ਚਾਹੀਦਾ ਵੀ ਹਾਂ ਅਸੀਂ ਆਹ ਕੰਮ ਕਰਨ ਲੱਗੇ ਹਾਂ, ਇਹਦੇ ਇਸ ਕਰਕੇ ਕਰਨ ਲੱਗੇ ਹਾਂ, ਆਹ ਇਹਦਾ ਰੀਜ਼ਨ ਆ, ਤੇ ਜੇ ਤੁਸੀਂ ਜਾ ਕੇ ਜਿਹੜੀਆਂ ਗੱਲਾਂ ਤੇ ਪਹਿਲਾਂ ਤੁਸੀਂ ਆਪ ਲੋਕਾਂ ਦੇ ਨਾਲ ਲੋਕਾਂ ਨੂੰ ਜੋੜਦੇ ਰਹੇ ਹਾਂ, ਭਾਸ਼ਣ ਕਰਦੇ ਰਹੇ ਹਾਂ, ਲੈਕਚਰ ਕਰਦੇ ਰਹੇ ਹਾਂ, ਤੇ ਉਹਨਾਂ ਤੋਂ ਤੁਸੀਂ ਇੱਕਦਮ ਦੱਸੇ ਤੋਂ ਬਗੈਰ ਜਦੋਂ ਗੱਲ ਕਰਦੇ ਉਦੋਂ ਫਿਰ ਸੰਗਤ ਦੇ ਵਿੱਚ ਦੁਬਦਾ ਪੈਂਦਾ। ਹਾਂਜੀ ਹਾਂਜੀ ਰਾਈਟ
ਤੇ ਜਿੱਦਾਂ ਹੁਣ ਇਹਨਾਂ ਨੇ ਤੁਸੀਂ ਜਿੱਦਾਂ ਮੈਂ ਤੁਹਾਡੇ ਪਰਸਨਲ ਵਿਚਾਰ ਵੀ ਜਾਣਨਾ ਚਾਹਾਂਗਾ ਵੀ ਤੁਸੀਂ ਜਿੱਦਾਂ ਹੁਣ ਜਿਹੜੇ ਸਿੱਖਾਂ ਦੇ ਨਾਲ ਉੱਥੇ ਪੰਜਾਬ ਦੇ ਵਿੱਚ ਜਾਂ ਆਪਾਂ ਇੰਡੀਆ ਦੇ ਵਿੱਚ ਕਹੀਏ ਵੀ ਜਿਹੜਾ ਤੁਸੀਂ ਤਾਂ ਇੱਕ ਮਤਲਬ ਚੰਡੀਗੜ੍ਹ ਮੋਹਾਲੀ ਇੱਕ ਮਤਲਬ ਜਿਹੜਾ ਵਧੀਆ ਇਲਾਕਾ ਉਹਦੇ ਚ ਰਹੇ ਆ, ਫੇਰ ਵੀ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਜੋ ਸਿੱਖਾਂ ਦੇ ਨਾਲ ਵਾਪਰ ਰਿਹਾ ਆ ਉਹਨੂੰ ਲੈ ਕੇ ਤੁਹਾਡੇ ਆਪਣੇ ਪਰਸਨਲ ਵਿਚਾਰ ਕੀ ਆ ਵੀ ਕੀ ਹੋਣਾ ਚਾਹੀਦਾ? ਹਾਂਜੀ ਭਾਜੀ, ਇੱਦਾਂ ਹੈਗਾ ਕਿ ਆਪਾਂ ਕਨੈਕਟ ਕਰਦੇ ਹਾਂ ਹਿਸਟਰੀ ਨਾਲ, ਬਹੁਤਾ ਜ਼ਿਆਦਾ ਹਰ ਸਿੱਖ ਨੂੰ ਕਰਨਾ ਚਾਹੀਦਾ ਹੈ ਕਿ ਸਾਡਾ ਇੱਕ ਸਿੱਖ ਰਾਜ ਹੁੰਦਾ ਸੀ ਕਿਸੇ ਟਾਈਮ ਤੇ, 1799 ਤੋਂ ਲੈ ਕੇ 1856 ਐਂਗਲੋ ਸਿੱਖ ਵਾਰ ਹੁੰਦੀ ਹੈ ਜਦੋਂ ਲਾਸਟ ਕਹਿ ਲਓ ਜਾਂ 1950 ਤੱਕ ਕਹਿ ਲਓ ਰਫ, ਤੇ ਉਹ ਜਦੋਂ ਪੀਰੀਅਡ ਦੇਖਦੇ ਹਾਂ ਤੇ ਫਿਰ ਉਸ ਤੋਂ ਬਾਅਦ ਰਾਊਂਡ ਟੇਬਲ ਕਾਨਫਰੰਸ ਦੇਖ ਲਈਏ ਕਿੱਦਾਂ ਫੇਲ ਹੋ ਗਈਆਂ, ਸਾਡੀਆਂ ਸਾਡੇ ਰਿਪ੍ਰੈਜੈਂਟੇਸ਼ਨ ਨਹੀਂ ਹੋਈ, ਤੇ ਇੰਡੀਆ ਨਾਲ ਕੋਈ ਏਦਾਂ ਇਨੀਸ਼ੀਅਲ ਵੈਰ ਤਾਂ ਨਹੀਂ ਹੈਗਾ, ਕਦੇ ਵੀ ਹੁਣ ਵੀ ਨਹੀਂ ਹੋਣਾ ਚਾਹੀਦਾ, ਸਰਬੱਤ ਦਾ ਭਲਾ, ਮੈਂ ਇੰਡੀਅਨ ਬੋਰਨ ਹੈਗਾ ਬੰਦਾ, ਪਰ ਜਦੋਂ ਦੇਖਦੇ ਆ ਕਿ ਸਾਡਾ 84 ਹੋ ਗਿਆ ਸਾਡੇ ਨਾਲ, ਤੇ ਫਿਰ ਸੰਤਾਂ ਦੇ ਬੱਚੇ ਸਟੱਡੀ ਕਰੀ ਦੇ ਦਾ ਬੱਚੇ ਨੇ ਅਟਲਾਦਾ ਸੰਤਾਂ ਅਟਲ ਹੈ ਹੁਣ, ਇਹ ਤਾਂ ਬਲੀਫ ਇੱਕ, ਮੈਂ ਉਸ ਦਿਨ ਪਾਈ ਇੱਕ ਆਡੀਓ ਜੀ ਬਣਾ ਕੇ, ਮੈਂ ਕਿਹਾ ਜੀ ਇਹ ਤਾਂ ਰਾਜੀਵ ਗਾਂਧੀ ਨੂੰ ਪੁੱਛ ਲਓ ਤੁਸੀਂ, ਉਹ ਵੀ ਕਹਿੰਦਾ ਸੀ ਸੰਤ ਜਰਨੈਲ ਸਿੰਘ ਜੀ ਨੇ, ਤੇ ਜੇ ਸੰਤ ਦੇ ਬਚਨ ਨੇ ਜਦ ਹਰਿਮੰਦਰ ਸਾਹਿਬ ਚ ਜਾਂ ਪੁਲਿਸ ਆਏਗੀ ਜਾਂ ਫੌਜ ਆਏਗੀ, ਉਸ ਦਿਨ ਦਰਬਾਰ ਸਾਹਿਬ ਦੀ ਨਹੀਂ ਰੱਖੀ, ਹੂ ਇਜ਼ ਕੁਲਬੀਰ ਸਿੰਘ ਟੂ ਸਟਾਪ ਇਟ, ਜਾਂ ਉਹ ਤਾਂ ਕੋਈ ਵੀ ਨਹੀਂ ਕਰ ਸਕਦਾ, ਅਟਲਾਦਾ ਬਚਨ, ਹੁਣ ਉਸ ਫੇਥ ਦੇ ਉੱਤੇ ਸਿੱਖ ਕਮਿਊਨਿਟੀ ਖੜੀ ਹੈ ਮੇਰੇ ਖਿਆਲ ਚ, ਕਰੀਏ ਨਾ ਕਰੀਏ, ਸਾਡੇ ਜੀਵਨ ਹੋਣ ਨਾ ਹੋਣ, ਅਸੀਂ ਕਿੱਦਾਂ ਦੇ ਹੈਗੇ ਹਾਂ ਕਿੱਦਾਂ ਦੇ ਨਹੀਂ ਆ, ਇਹ ਦੀਜ਼ ਆਰ ਮਲਟੀਪਲ ਥਿੰਗਸ ਟੂ ਅਸੈਸ, ਪਰ ਇੱਕ ਫੇਥ ਹੈ, ਤੁਸੀਂ ਪੁੱਛਿਆ ਤਾਂ ਮੈਨੂੰ ਲੱਗਦਾ ਫੇਥ ਤੇ ਚੱਲਣਾ ਇੱਕ ਵੱਖਰੀ ਗੱਲ ਹੈ, ਬਾਕੀ ਹੈਗਾ ਕਿ ਅਸੀਂ ਆਪ ਇੱਕ ਦੂਜੇ ਦੀ ਲੱਤਾਂ ਖਿੱਚਣ ਦੇ ਲੱਗੇ ਹੋਏ ਹਾਂ, ਕਮਿਊਨਿਟੀਜ਼ ਇੱਕ ਦੂਜੇ ਦੇ, ਭਾਵੇਂ ਉਹਨੂੰ ਟਾਊਟੀ ਕਹਿ ਲਓ, ਭਾਵੇਂ ਉਹਨੂੰ ਗਦਾਰੀ ਕਹਿ ਲਈਏ, ਭਾਵੇਂ ਉਹਨੂੰ ਵੈਸੀ ਕਹਿ ਡਿਸਯੂਨਿਟੀ ਕਹਿ ਦਿੰਦੇ, ਭਾਵੇਂ ਇੱਕ ਸਟਾਈਲ ਬਣਾਇਆ, ਜਦੋਂ ਤੱਕ ਉਹ ਠੀਕ ਨਹੀਂ ਹੁੰਦਾ ਹੈਗਾ ਤੇ ਦੇਰ ਇਜ਼ ਨੋ ਪੁਆਇੰਟ ਇਨ ਸਸਪੈਕਟਿੰਗ ਕੁਝ ਹੋ ਜਾਊਗਾ ਬਹੁਤ ਜ਼ਿਆਦਾ। ਵੀਰ ਜੀ ਮੈਂ ਅਗਲੇ ਕੁਐਸਚਨ ਕਰਨ ਤੋਂ ਪਹਿਲਾਂ ਕੋਈ ਬੇਨਤੀ ਕਰੂੰਗਾ, ਤੁਹਾਡੀ ਵੀਡੀਓ ਜਿਹੜੀ ਆ ਫੇਰ ਬੰਦ ਹੋ ਗਈ ਜਦ ਤੇ ਮੈਂ ਗੱਲ ਕਰਦਾ। ਦਰਸ਼ਕੋ ਇਹ ਸਰਦਾਰ ਕੁਲਵੀਰ ਸਿੰਘ ਜੀ, ਚੈੱਕ ਕਰੋ ਜੀ ਵੀਡੀਓ ਆਪਣੀ ਤੁਸੀਂ ਕੁਲਵੀਰ ਸਿੰਘ ਜੀ, ਹਾਂਜੀ ਤੇ ਵੀਡੀਓ ਆ ਨਹੀਂ ਰਹੀ ਤੁਹਾਡੀ, ਵੀਡੀਓ ਬੰਦ ਹੋ ਗਈ ਹੈ। ਹਾਂਜੀ ਦੇਖੋ ਕੁਲਵੀਰ ਸਿੰਘ ਗੱਲ ਕਰ ਰਹੇ ਹਾਂ ਪ੍ਰੋਬਲਮ ਕਰਕੇ ਉਹਨਾਂ ਦੀ, ਕਿਉਂਕਿ ਅਸੀਂ ਉਹ ਕੈਨੇਡਾ ਦੇ ਵਿੱਚ ਬੈਠੇ ਆ ਤੇ। ਹਾਂਜੀ ਠੀਕ, ਹਾਂਜੀ ਆ ਜਾਓ ਆ ਜਾਓ, ਹਾਂਜੀ ਤੇ ਜਿਵੇਂ ਕੈਨੇਡਾ ਦੇ ਵਿੱਚ ਸਾਡੇ ਨਾਲ ਬੈਠੇ ਗੱਲ ਕਰ ਰਹੇ ਹਾਂ ਅਸੀਂ, ਖਿਮਾ ਦੇ ਜਾਂਚ ਕਰਕੇ ਵਿੱਚ ਕਈ ਵਾਰੀ ਕੋਈ ਰੀਜਨ ਕਰਕੇ ਵੀਡੀਓ ਥੋੜੀ ਹੋ ਜਾਂਦੀ। ਹਾਂਜੀ ਠੀਕ ਹੈ, ਇਹ ਕੁਲਵੀਰ ਸਿੰਘ ਜੀ ਹਾਂ, ਉਹ ਬੇਨਤੀ ਆ ਬਈ ਜਿੱਦਾਂ ਤੁਸੀਂ ਆਪਣੇ ਵਿਚਾਰ ਦੱਸੇ, ਕਿਉਂਕਿ ਫੇਜ਼ ਆ ਵੱਖਰੇ ਵੱਖਰੇ ਫੇਜ਼ ਆ, ਉਹਦੇ ਵਿੱਚ ਕੌਮ ਜਿਹੜੀ ਆ ਜਿਹੜੀ ਆ ਜਾ ਰਹੀ, ਜਿਹੜੀ 2020 ਦੀ ਲਹਿਰ ਆ ਜਿੱਦਾਂ, ਚਲੋ ਇੰਗਲੈਂਡ 'ਚ ਵੀ ਤੇ ਬਾਕੀ ਦੇਸ਼ਾਂ 'ਚ ਵੀ, ਪਰ ਕੈਨੇਡਾ ਅਮਰੀਕਾ ਦੇ ਵਿੱਚ ਉਹ ਕਾਫ਼ੀ ਜਿੱਦਾਂ ਜ਼ੋਰ ਉਹਨਾਂ ਨੇ ਲਹਿਰ ਨੇ ਫੜਿਆ ਹੋਇਆ, ਉਹ ਮਤਲਬ ਗੱਲਬਾਤ ਕਰ ਰਹੇ ਆ। ਜਿੱਦਾਂ ਹੁਣ ਆਪਾਂ ਅੱਜ ਜੇ 1984 ਤੋਂ ਲੈ ਕੇ ਅੱਜ ਦੀ ਗੱਲ ਕਰੀਏ ਤੇ ਰੁਪਦਿਮਨ ਸਿੰਘ ਮਾਲਕ ਦੇ ਨਾਲ ਜਾਂ ਬਹੁਤ ਲੋਕਾਂ ਨੇ ਜਿਹਨਾਂ ਨੇ ਕੰਮ ਕੀਤਾ ਹੋਊਗਾ ਸੋਚਦੇ ਹੋ ਗਏ ਇਹ ਬਹੁਤ ਵੱਡੇ ਖਾਲਿਸਤਾਨੀ ਆ, ਇਹਨਾਂ ਨੇ ਕੌਮ ਲਈ ਬੜਾ ਵੱਡਾ ਕੰਮ ਕਰ ਰਿਹਾ, ਤੇ ਅੱਜ ਉਹ 2020 ਦੇ ਜਿਹੜੇ ਨਵੇਂ ਲੀਡਰ ਆ ਜਾਂ ਤੁਸੀਂ ਵੀ ਉਹਨੂੰ ਸਪੋਰਟ ਕਰਦੇ ਹੋ ਆਪਾਂ ਇੱਦਾਂ ਸੋਚਦੇ ਹਾਂ, ਪਰ ਐਂਡ ਤੇ ਆ ਕੇ ਸਾਡੇ ਨਾਲ ਧੋਖਾ ਹੋ ਜਾਂਦਾ ਤੇ ਕੌਮ ਕਰੇ ਤਾਂ ਕੀ ਕਰੇ। ਮੇਰਾ ਆਪਣਾ ਅਬਾਊਟ ਮਿਸਟਰ ਮਲਿਕ ਵਿਊ ਜਿਹੜਾ ਹੈਗਾ, ਕੋਈ ਬਹੁਤਾ ਖਾਲਿਸਤਾਨੀ ਬਾਕੀ ਨਹੀਂ ਹੈਗੇ, ਜਿੱਥੋਂ ਤੱਕ
ਵਿੱਚ ਪ੍ਰਾਈਮ ਏਸ਼ੀਆ ਕੈਨੇਡਾ ਵਿੱਚ ਹੀ ਉਹਨਾਂ ਦੀ ਇੰਟਰਵਿਊ ਆਈ ਹੈ, ਜਿਹਦੇ ਵਿੱਚ ਉਹਨਾਂ ਨੇ ਹਾਂ ਆਪ ਬਿਲਕੁਲ ਪ੍ਰਤੱਖ ਹੀ ਕਿਹਾ, ਜਿਵੇਂ ਹੁਣ ਕਹਿ ਰਹੇ ਨੇ ਇੰਡੀਆ ਜਾ ਕੇ, ਉਹੀ ਗੱਲ ਉਹਨਾਂ ਨੇ ਉਹ ਪ੍ਰਾਈਮ ਏਸ਼ੀਆ ਕੈਨੇਡਾ ਟੀਵੀ ਹੁਣ ਕਿਸ ਮੀਡੀਆ ਤੇ ਵੀ ਉਹਨਾਂ ਨੇ ਦੁਬਾਰਾ ਲਿੰਕ ਸ਼ੇਅਰ ਕੀਤੇ ਹੋਏ ਨੇ। ਉਹ ਪਹਿਲਾਂ ਹੀ ਦੱਸਿਆ ਦੇ ਕੇ ਗਏ, ਪਹਿਲਾਂ ਵੀ ਕਹਿ ਚੁੱਕੇ ਹੈ ਬਈ ਸਾਡਾ ਮੇਰਾ ਕੋਈ ਸਬੰਧ ਨਹੀਂ। ਸਾਲ 2 ਸਾਲ ਦੀ ਦੇ ਵਿੱਚ ਆਈ ਜੀ ਵੀਡੀਓ ਐਵਨੀ ਲਾਸਟ ਜਿਹੜੀ ਪ੍ਰਾਈਮ ਏਸ਼ੀਆ, ਤੇ ਉਹਦੇ ਐਂਡ ਦੇ ਫਿਰ ਵਿੱਚ ਉਹ ਮਿਸਟਰ ਬੇਨੀਪਾਲ ਹੈਗੇ ਨੇ ਕੋਈ ਹੋਸਟ ਨੇ ਜਿਹੜੇ, ਹਾਂ ਉਹਨਾਂ ਨੇ ਕੁਝ ਹਾਂਜੀ ਕਿਆ ਖਾਤਾ ਬਾਰੇ ਆ ਕਿਵੇਂ ਹੈ ਜੀ। ਮੈਂ ਕਿਹਾ ਹੋ ਸਕਦਾ ਉਹ ਰਾਹ ਪੱਧਰਾ ਕਰਦੇ ਹੁਣ ਵੀ ਜਾਣ ਵਾਸਤੇ ਪਹਿਲਾਂ ਗੱਲ ਵੀ ਕਰਨੀ ਪੈਂਦੀ ਨਾ, ਜੇ ਬੰਦਾ ਹੁਣ ਪਹਿਲਾਂ ਕੋਈ ਚੀਜ਼ ਕਰਦਾ ਤੇ ਉਸ ਤੋਂ ਬਾਅਦ ਉਹਨੂੰ ਉਹਨਾਂ ਵਿਚਾਰਾਂ ਤੋਂ ਪਿੱਛੇ ਵੀ ਹਟਣਾ ਪੈਂਦਾ ਜੇ ਸਰਕਾਰਾਂ ਨਾਲ ਗੱਲ ਕਰਨੀ ਹੈ। ਹੋ ਸਕਦਾ ਜੀ ਹਾਂਜੀ ਠੀਕ ਹੈ। ਤੇ ਫਿਰ ਉੱਥੇ ਉਹਨਾਂ ਨੇ ਕਿਹਾ ਜੀ ਮੈਂ ਤਾਂ ਖਾਲਿਸਤਾਨ ਦਾ ਕਦੀ ਵੀ ਹਾਮੀ ਨਹੀਂ ਸੀਗਾ, ਉਹਨਾਂ ਦੀ ਵਰਡਿੰਗ ਤੁਸੀਂ ਸੁਣੋ, ਮੈਂ ਕਦੇ ਵੀ ਹਾਮੀ ਨਹੀਂ ਸੀ, ਕਦੇ ਵੀ ਹਾਮੀ, ਇਹ ਗੱਲ ਉਹਨਾਂ ਦੀ ਹਾਂਜੀ ਉਹਨਾਂ ਦੀ ਹੈ। ਤੇ ਮੇਰਾ ਕੁਐਸਚਨ ਇਹ ਸੀ ਵੀ ਜਿਹੜੇ ਜੇ ਪੁਰਾਣੇ ਲੀਡਰਾਂ ਬਾਰੇ ਜਿੱਦਾਂ ਬਜ਼ੁਰਗ ਉਮਰ ਦੇ ਵਿੱਚ ਜਾਂ ਆਪਾਂ ਸੋਚਦੇ ਹਾਂ ਵੀ 1947 ਚ ਵੀ ਤੁਸੀਂ ਕਿਹਾ ਵੀ ਆਪਾਂ ਟੇਬਲ ਟੋਕ ਤੇ ਜਿੱਦਾਂ ਫੇਲ ਹੋ ਗਏ, ਤੇ ਜੇ ਹੁਣ 84 ਤੋਂ ਬਾਅਦ ਟੇਬਲ ਟੋਕ ਹੋਈ, ਲੌਂਗੋਵਾਲ ਸਮਝੌਤਾ ਹੋਇਆ, ਉੱਥੇ ਵੀ ਫੇਲ ਹੋ ਗਏ, ਤੇ ਹੁਣ ਜੇ ਅੱਜ ਲੀਡਰ ਜਿਹਨਾਂ ਦੇ ਲੋਕਾਂ ਨੇ ਭਰੋਸਾ ਕੀਤਾ ਉਹ ਹਾਲੇ ਕੋਈ ਉਹਨਾਂ ਨੇ ਫੈਸਲਾ ਤਾਂ ਨਹੀਂ ਕੀਤਾ, ਲੇਕਿਨ ਜੇ ਟੇਬਲ ਟੋਕ ਕਰਦੇ ਆ ਤੇ ਆਪਾਂ ਉਹ ਵੀ ਸੋਚਦੇ ਹਾਂ ਵੀ ਇਹ ਵੀ ਗਲਤ ਹੋ ਗਏ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਭਰੋਸਾ ਕਰੇ ਕੌਮ ਵੀ ਕੌਣ ਵਧੀਆ ਹੋਊਗਾ ਕੌਣ ਸਹੀ ਆ। ਹਾਂਜੀ 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 ਹਾਂ ਨਹੀਂ ਜੀ ਦਿਸ ਇਜ਼ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਆ ਵੀ ਕਿੱਦਾਂ ਫੈਸਲਾ ਕਰੇ ਕੌਮ, ਕੀ ਤੁਹਾਡੇ ਕੀ ਵਿਚਾਰ ਆ ਵੀ ਕਿੱਦਾਂ ਫੈਸਲਾ ਕਰੇ? ਹਾਂਜੀ ਇਹ ਤਾਂ ਦੋ ਤਿੰਨ ਪਲੇਅਰਸ ਹੈਗੇ ਨੇ ਕਿ ਇਸ ਟਾਕਸ ਦੇ ਵਿੱਚ, ਜਾਂ ਤਾਂ ਅਸੀਂ ਜੇਕਰ ਨੇਸ਼ਨਹੁੱਡ ਦੀ ਗੱਲ ਕਰਨੀ ਆ ਤਾਂ ਉਸ ਦੇ ਵਿੱਚ ਜਿਹੜੀਆਂ ਵੀ ਪਾਰਟੀਆਂ ਉਹ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਬਣਾ ਕੇ, ਤੇ ਦੂਜੇ ਪਾਸੇ ਪਾਕਿਸਤਾਨ ਹੋਏਗਾ ਮੇਰੇ ਖਿਆਲ, ਤੇ ਇੰਡੀਆ ਬੈਠੇਗਾ, ਨੈਗੋਸੀਏਸ਼ਨ ਕਹਿੰਦੇ ਆਲ ਵਾਰਸ ਐਂਡ ਐਟ ਨੈਗੋਸੀਏਸ਼ਨ ਟੇਬਲ, ਇੰਗਲਿਸ਼ ਦਾ ਖਾਣਾ ਹੈ, ਸਾਰੀਆਂ ਲੜਾਈਆਂ ਖਤਮ ਹੁੰਦੀਆਂ ਇੱਕ ਟੇਬਲ ਤੇ ਆ ਕੇ ਅਖੀਰ ਤੇ। ਤੇ ਜੇ ਆਪਾਂ ਨਹੀਂ ਗਿਵ ਅਪ ਕਰਨਾ ਆਪਣਾ ਨੇਸ਼ਨਹੁੱਡ ਦਾ ਕਨਸੈਪਟ, ਤੇ ਦਿਸ ਇਜ਼ ਦਾ ਵੇ ਆਊਟ, ਬਜਾਏ ਕਿ ਆਪਾਂ ਉਹਨੂੰ ਕੰਫਰੰਟੇਸ਼ਨਲੀ ਕਰੀਏ ਤੇ ਉਹਦੇ ਵਿੱਚ ਬੱਚੇ ਸਾਡੇ ਅਰੈਸਟ ਹੋਣ ਆ ਹੋਵੇ ਹੋਵੇ, ਤੇ ਉਸ ਨਾਲੋਂ ਚੰਗਾ ਹੈਗਾ ਕਿ ਸਾਰੀ ਪਾਰਟੀ ਸਮਝਦਾਰ ਹੋ ਕੇ ਇੱਕ ਫਰਗਿਵਨੈਸ ਦੇ ਐਟੀਟਿਊਡ ਨਾਲ ਵੀ ਇੱਕ ਰੀਨੈਗੋਸ਼ੀਏਟ ਕਰਨ ਸਾਰੀ ਗੱਲ। ਉਸ ਦੇ ਵਿੱਚ ਆਈ ਐਮ ਉਸ ਦਿਨ ਵੀਡੀਓ ਵੀ ਬਣਾਏਗਾ ਆਪਣਾ, ਜਿਹੜਾ ਖਾਲਸਾ ਹੈਗਾ ਖਾਲਸੇ ਨੇ ਤਾਂ ਸਭ ਦਾ ਭਲਾ ਮੰਗਣਾ ਹੈਗਾ, ਹਾਂਜੀ ਹਾਂਜੀ, ਉਹ ਉਹਦੇ ਵਿੱਚ ਨਾ ਮੁਸਲਮਾਨ ਇਫੈਕਟ ਹੋਣਾ ਵੀਰ ਸਾਡਾ, ਤੇ ਨਾ ਹਿੰਦੂ ਵੀਰ ਇਫੈਕਟ ਹੋਣਾ ਹੈ, ਨਾ ਕੋਈ ਕਮਿਊਨਿਟੀ ਖਰਾਬ ਹੋਣੀ ਹੈ, ਉਹ ਤਾਂ ਸਰਬਤ ਦੇ ਭਲੇ ਦਾ ਹਲੀਮੀ ਰਾਜ ਹੈ, ਹਾਂਜੀ ਤਾਂ ਰਾਣਾ ਰੱਖ ਬਰਾਬਰੀ ਭਵਨਾ ਜਾ ਰਿਹਾ ਦਾ ਠੀਕ ਰਾਣਾ ਰੱਖ ਬਰਾਬਰੀ, ਹੁਣ ਵਾਲੇ ਵੀ ਆਈ ਪੀ ਨਹੀਂ ਰਹਿਣੇ ਉੱਥੇ, ਪਰ ਉੱਥੇ ਇੱਕ ਹੋਣਾ ਰਾਜ ਹੀ ਹੈ, ਪਰ ਇਨ ਡਿਫਰੈਂਟ ਵੇ ਹੋਏਗਾ ਜੀ, ਜਿਵੇਂ ਕੈਨੇਡਾ ਅਮਰੀਕਾ ਚ ਕਾਫੀ ਉਸ ਦੀ ਝਲਕ ਜਾਂ ਇੰਗਲੈਂਡ ਵਿੱਚ ਵੀ ਝਲਕਾਂ ਮਿਲਦੀਆਂ ਨੇ ਅਬਾਊਟ ਡਿਫਰੈਂਸ ਬਿਟਵੀਨ ਇੰਡੀਅਨ ਸਬਕੰਟੀਨੈਂਟ ਪੋਲਿਟਿਕਸ ਐਂਡ ਵੈਸਟਰਨ ਪੋਲਿਟਿਕਸ, ਕਿੰਨਾ ਫਰਕ ਹੈ, ਤੇ ਪ੍ਰਧਾਨ ਮੰਤਰੀ ਹੁੰਦੇ ਨੇ ਹੁਣ, ਪਿੱਛੇ ਸਾਡਾ ਕੱਲ ਲਾਸਟ ਵੀਕ ਦੀ ਨਿਊਜ਼ ਹੈ ਕੈਨੇਡਾ ਵਿੱਚ ਐਂਡਰਿਊ ਸ਼ੀਅਰ ਸਾਡੀ ਕੰਜ਼ਰਵੇਟਿਵ ਪਾਰਟੀ ਦੇ ਹੈੱਡ ਸਨ, ਭਾਰਤ ਦੇ ਪ੍ਰਾਈਮ ਮਿਨਿਸਟਰ ਵੀ ਬਣ ਸਕਦੇ ਨੇ ਜੇ ਉਹ ਪਾਰਟੀ ਜਿੱਤਦੀ ਹੈ, ਜਿਵੇਂ ਤੁਹਾਡੇ ਟੋਰੀਜ਼ ਜਿੱਤ ਗਏ ਹੁਣ, ਸਾਡੇ ਜਿਹੜੇ ਟੋਰੀਜ਼ ਨੇ ਉਹਨਾਂ ਜਿਹੜਾ ਹੈਗਾ ਉਹਦੀ ਕੋਈ ਇਨਰੈਗੂਲੈਰਿਟੀ ਆ ਗਈ ਕਿ ਉਹਨਾਂ ਨੇ ਆਪਣੇ ਬੱਚਿਆਂ ਦੀ ਫੀਸ ਗਲਤੀ ਨਾਲ ਪਬਲਿਕ ਫੰਡਸ ਵਿੱਚ ਉਹ ਦੇ ਦਿੱਤੀ, ਜੋ ਮੈਨੂੰ ਸਮਝ ਆਈ ਜਿੰਨੀ ਕੋ ਹੀ ਰਿਜ਼ਾਈਨਡ, ਉਹ ਰਿਜ਼ਾਈਨ ਕਰ ਗਏ। ਦੇਖੋ ਐਡੀ ਵੱਡੇ ਅਹੁਦੇ ਤੋਂ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਹੋਣ ਤੇ ਰੈਗੂਲਰ ਪਾਰਟੀ ਹੋਵੇ ਆਪੋਜੀਸ਼ਨ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਸੀਪੀਸੀ, ਤੇ ਉਹਦਾ ਹੈੱਡ ਰਿਜ਼ਾਈਨ ਕਰ ਗਿਆ, ਤੇ ਮੇਰੇ ਕੋਲ ਗਲਤੀ ਹੋਈ,
ਹੁਣ ਤੇ ਕਿੱਥੇ ਸਾਡੇ ਜਫਾ ਪਾ ਕੇ ਬੈਠੇ ਹੋਣੇ ਆ ਸਾਰੇ, ਸਾਡੇ ਤੇ ਜਵਾਕ ਦੇ ਮਾਣ ਹੁੰਦੇ। ਗੱਲ ਹੋ ਵੀ ਜਾਵੇ ਤੇ ਉਹਨਾਂ ਨੂੰ ਮਾਫ ਕਰਦੇ ਆ, ਉਹ ਕਹਿੰਦੇ ਵੀ ਹੋਇਆ ਕੱਖ ਨਹੀਂ ਗਾ, ਇਹ ਤਾਂ ਜੀ ਇਨਵੈਸਟੀਗੇਸ਼ਨ ਕੀਤਾ ਕੁਛ ਨਹੀਂ ਨਿਕਲਿਆ, ਤੇ ਇਸ ਕਰਕੇ ਹੀ ਉਹ ਜਿਹੜੇ ਮੁਲਕ ਆ ਏਸ਼ੀਆ ਦੇ ਵਿੱਚ ਬਹੁਤ ਗੱਲਾਂ ਚ ਪਿੱਛੇ ਆ। ਤੇ ਚਲੋ ਫੇਰ ਵੀ ਅਸੀਂ ਜਿੱਦਾਂ ਤੁਹਾਡੇ ਮਨ ਦੇ ਵਿੱਚ ਜਿਹੜੀਆਂ ਮਤਲਬ ਜਥੇਬੰਦੀਆਂ ਜਾਂ ਉਹਨਾਂ ਦੇ ਵਿਅਕਤੀ ਜਾਂ ਖਾਸ ਤੌਰ ਤੇ ਆਪਾਂ ਰਿਪਤ ਅਮਨ ਸਿੰਘ ਜੀ ਮਲਕ ਬਾਰੇ ਗੱਲ ਕਰ ਰਹੇ ਹਾਂ, ਉਹਨਾਂ ਦੇ ਸੰਬੰਧ ਦੇ ਵਿੱਚ ਹੋਰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਬਈ, ਜਾਂ ਕੌਮ ਨੂੰ ਸੁਚੇਤ ਕਰਨਾ ਚਾਹੁੰਦੇ ਆ, ਜਾਂ ਤੁਹਾਡੇ ਮਨ ਚ ਹੋਰ ਕੋਈ ਗੱਲ ਜਿਹੜੀ ਮੈਂ ਪੁੱਛੀ ਨਾ ਹੋਵੇ ਲੇਕਿਨ ਤੁਸੀਂ ਦੱਸਣੀ ਚਾਹੁੰਦੇ ਹੋ ਜ਼ਰੂਰ ਦੱਸ। ਬਸ ਇਹੀ ਹੈਗਾ ਜੀ, ਜੇ ਕਿਸੇ ਨੇ ਕਨਫਰਮ ਕਰਨਾ ਹੈ, ਮੈਨੂੰ ਇੱਕ ਦੋ ਹੁਣ ਜਿਵੇਂ ਆ ਰਹੇ ਨੇ ਮੈਸੇਜਸ ਆ ਰਹੇ ਨੇ ਫਰੈਂਡਸ ਦੇ ਕਹਿ ਲਓ ਜਾਂ ਕੁਛ ਰਿਪ੍ਰੈਜ਼ੈਂਟ ਕਰਦੇ ਹੋਣੇ ਕਿਸੇ ਨਾ ਕਿਸੇ ਜਥੇਬੰਦੀ ਨੂੰ ਕਿ ਵੀ ਦੱਸੋ ਉਹਨਾਂ ਦੇ ਡਿਟੇਲਸ ਪਾਸਪੋਰਟ ਦਾ ਕੀ ਸੀ ਕੀ ਨਹੀਂ, ਮੈਂ ਕਿਹਾ ਜੀ ਉਹਨਾਂ ਨੂੰ ਪੁੱਛੋ ਤੁਸੀਂ, ਜੇ ਮੈਂ ਗਲਤ ਕਰਾਂ ਮੇਰੇ ਤੇ ਲੀਗਲ ਨੋਟਿਸ ਪਾਓ ਗੱਲ ਤਾਂ, ਜੇ ਮੈਂ ਗਲਤ ਕਹਿ ਰਿਹਾ ਹਾਂ ਤਾਂ ਠੀਕ ਹੈ, ਆਲ ਇਜ਼ ਇਨ ਦੇਅਰ ਕੋਰਟ, ਉਹਨਾਂ ਨੂੰ ਮੀਡੀਆ 'ਚ ਲੈ ਕੇ ਆਓ ਕਿਉਂਕਿ ਆਹ ਗੱਲ ਸੱਚ ਹੈ, ਤੁਸੀਂ ਗਏ ਹੋ ਮਿਨਿਸਟਰੀ ਦੇ ਵਿੱਚ, ਹੀ ਸ਼ੁਡ ਮੇਡ ਜ਼ਰੂਰ ਕੋਸ਼ਿਸ਼ ਕਰਾਂਗੇ ਉਹਨਾਂ ਦਾ ਨਾਮ ਜੇ ਨੰਬਰ ਮਿਲ ਗਿਆ ਜਾਂ ਗੱਲ ਉਹਨਾਂ ਨਾਲ ਜ਼ਰੂਰ ਅਸੀਂ ਆਵਾਜ਼ੇ ਕੋ ਵੱਲੋਂ ਵੀ ਕਰਾਂਗੇ। ਇੱਕ ਗੱਲ ਮੈਨੂੰ ਖਿਆਲ ਭੁੱਲ ਗਿਆ ਸੀ, ਤੁਸੀਂ ਆਪਣੀ ਵੀਡੀਓ ਜਿਹੜੀ ਵਟਸਐਪ ਤੇ ਵਾਇਰਲ ਹੋਈ ਆ ਉਹਦੇ 'ਚ ਇਹ ਕਿਹਾ ਵੀ ਮੈਨੂੰ ਆਪਣੀ ਜਾਨ ਦਾ ਵੀ ਖਤਰਾ, ਮੈਨੂੰ ਵੀ ਕੁਛ ਕਰ ਸਕਦੇ ਆ, ਇਹ ਇਹ ਗੱਲ ਤੁਸੀਂ ਕਿਉਂ ਕਹੀ? ਭਾਜੀ ਹੁਣ ਤੁਸੀਂ ਆਪੇ ਹੀ ਦੇਖੋ ਕਿ ਵੀ ਇਹ ਜਿਹੜਾ ਹਾਲਾਂਕਿ ਮੈਂ ਅਨਾਲਿਸਿਸ ਨਹੀਂ ਕੱਢ ਰਿਹਾ ਕੋਈ ਇਸ ਗੱਲ ਚੋਂ, ਮੈਂ ਕਿਤੇ ਕਿਹਾ ਕਿ ਉਹਨਾਂ ਦੀ ਇਨਵੋਲਵਮੈਂਟ ਹੈਗੀ ਆ ਜਾਂ ਨਹੀਂ, ਮੈਂ ਤਾਂ ਕਿਹਾ ਨਹੀਂ ਹੈਗਾ। ਹਾਂਜੀ ਹਾਂਜੀ, ਜਿਹੜੇ ਇਹ ਫੈਕਟ ਕਹਿਣਾ ਪਬਲਿਕਲੀ ਫੈਕਟ ਕਹਿਣਾ ਔਰ ਉਹ ਵੀ ਮੈਨੂੰ ਇੱਕ ਸਹਿਜ ਸੁਭਾਅ ਨਿਕਲਣੀ ਗੱਲ, ਸਪੈਸ਼ਲੀ ਦਾ ਟਾਈਮ ਜਦੋਂ ਮਹਾਰਾਜ ਨੇ ਘਵਾਈ ਇੱਦਾਂ ਕਹਿ ਲਓ, ਰਾਈਟ। ਹੁਣ ਤਰਵਿੰਦਰ ਸਿੰਘ ਪਰਮਾਰ ਨੂੰ ਕੀ ਕੀਤਾ ਉਹਨਾਂ ਨੇ ਉੱਥੇ ਜਾ ਕੇ, ਠੀਕ ਹੈ, ਉਹ ਜੇ ਉਹ ਉਹਨਾਂ ਦੀ ਇਨਵੋਲਵਮੈਂਟ ਸੀ ਤਾਂ ਉਹ ਕਹਿੰਦੇ ਯਾਰ ਫੜ ਲਿਆ ਸੀ ਬੰਦਾ ਸਾਡੇ ਵਰਗੇ ਜਿਹੜੇ ਗ੍ਰਾਸ ਰੂਟ ਬੰਦੇ ਨੇ ਮੇਰਾ ਤੁਹਾਡੇ ਮਨ ਨੂੰ ਇਹ ਆ ਗਿਆ ਕਿ ਜੇ ਤੁਸੀਂ ਸੱਚੀ ਗੱਲ ਕੀਤੀ ਆ ਤਾਂ ਤੁਹਾਨੂੰ ਇਹ ਖਤਰਾ ਆਇਆ ਵੀ ਤੁਹਾਨੂੰ ਕੁਛ ਵੀ ਹੋ ਸਕਦਾ, ਕੋਈ ਕਰਾ ਸਕਦਾ, ਕੌਣ ਕਰਾ ਸਕਦਾ ਇਹ ਗੱਲ? ਕੋਈ ਵੀ ਵੀ ਤੁਹਾਨੂੰ ਪਤਾ ਹੀ ਹੈ ਏਜੰਸੀਆਂ ਦੇ ਕੀ ਕੰਮ ਨੇ, ਕਿੱਦਾਂ ਕੀ ਹੁੰਦਾ, ਜ਼ੈਦ ਸਿੰਘ ਨੂੰ ਕਿੱਦਾਂ ਮਰਵਾਇਆ ਇਹਨਾਂ ਨੇ, ਕੀ ਹੋਇਆ ਵੀ ਆਲ ਨੋ, ਮਿਸਟਰ ਪਰਮਾਰ ਨੂੰ ਕਿਉਂ ਮਾਰਿਆ ਇਹਨਾਂ ਨੇ, ਉਹਨਾਂ ਨੇ ਕੀਤਾ ਸੀਗਾ, ਮੰਨ ਲਓ ਇਹ ਅਸੰਪਸ਼ਨ ਹੀ ਹੈ, ਮੈਂ ਤਾਂ ਨਹੀਂ ਕਹਿ ਰਿਹਾ ਪਰ ਅਸੰਪਸ਼ਨ ਹੈ, ਤੇ ਤੁਸੀਂ ਫਿਰ ਵਾਈ ਡੂ ਯੂ ਨਾਟ ਟੈਲ ਦ ਵਰਲਡ ਸੰਬੰਧਿਤ ਹੁੰਦਾ ਆ, ਜਦੋਂ ਇਹੋ ਜਿਹੀ ਗੱਲ ਆਉਂਦੀ ਆ ਪਬਲਿਕ ਦੇ ਵਿੱਚ, ਪਬਲਿਕ ਉਹਨੂੰ ਮਨਜ਼ੂਰ ਨਹੀਂ ਕਰਦੀ ਤੇ ਉਹ ਜਥੇਬੰਦੀਆਂ ਤੇ ਕਿਹੋ ਜਿਹਾ ਅਸਰ ਪੈਂਦਾ? ਮੈਂ ਇਹ ਕੁਸਚਨ ਕੀਤਾ ਵੀ ਜੇ ਪਰਿਵਾਰ ਦੇ ਵਿੱਚੋਂ ਕੋਈ ਵਿਅਕਤੀ ਕੰਮ ਇਹੋ ਜਿਹਾ ਕਰ ਦੇਵੇ ਜਿੰਨਾ ਨਮੋਸ਼ੀ ਹੋਵੇ, ਤੇ ਜਿਵੇਂ ਰਿਪਦਮਨ ਸਿੰਘ ਹੁਣਾਂ ਨੇ ਜਾਂ ਉਹ ਗਏ ਆ ਜਾਂ ਇਸ ਵੇਲੇ ਪਬਲਿਕ ਜਿਹੜਾ ਵਿਊ ਆ ਉਹ ਉਹਨਾਂ ਦੇ ਅੰਗੇਂਸਟ ਜਾ ਰਿਹਾ, ਤੇ ਏਦਾਂ ਮਤਲਬ ਜਿਹੜੀ ਜਥੇਬੰਦੀ ਨਾਲ ਵਿਅਕਤੀ ਸੰਬੰਧਿਤ ਹੁੰਦਾ ਉਹਨਾਂ ਤੇ ਕੀ ਅਸਰ ਪੈਂਦਾ? ਹਾਂਜੀ ਦੇਖ ਲਓ, ਜੇ ਤਾਂ ਉਹਨਾਂ ਦੇ ਅਸੀਂ ਫੌਰ ਹੁੰਦੇ ਜਾਂ ਕੁਛ ਏਦਾਂ ਝੋਲੀ ਚੁੱਕ ਟਾਈਪ, ਸੋਰੀ ਮੈਂ ਏਦਾਂ ਵਰਡ ਨਹੀਂ ਕਹਿਣਾ ਚਾਹੁੰਦਾ, ਆਈ ਮੀਨ ਟੂ ਸੇ ਕਿ ਅਸੀਂ ਕੁਛ ਨਾ ਕਹਿੰਦੇ ਮੰਨ ਲਓ ਤੇ ਫਿਰ ਤਾਂ ਠੀਕ ਹੀ ਹੈ, ਫਿਰ ਤਾਂ ਠੀਕ ਹੈ, ਚੁੱਪ ਰਹੋ ਤਾਂ ਠੀਕ ਹੈ, ਜੇ ਤੁਸੀਂ ਬੋਲਦੇ ਹੋ ਤਾਂ ਤੁਸੀਂ ਫਿਰ ਫਿਰ ਮਾੜੇ ਹੋ।
ਉਹਨਾਂ ਲਈ। ਠੀਕ ਹੈ, ਸੋ ਦਿਸ ਇਜ਼ ਵਾਟ ਇਜ਼ ਹੈਪਨਿੰਗ ਇਨ ਮਾਈ ਕੇਸ। ਕਿਉਂਕਿ ਇੱਥੋਂ ਤੇ ਸਰਦਾਰ ਸੇਵਾ ਸਿੰਘ ਲੱਲੀ ਜਿਹੜੇ ਖਾਲਿਸਤਾਨ ਦੇ ਰਾਸ਼ਟਰਪਤੀ ਆ, ਉਹਨਾਂ ਦੀ ਇੱਕ ਸਟੇਟਮੈਂਟ ਜਿੱਦਾਂ ਲੱਗੀ ਆ, ਉਹਨਾਂ ਨੇ ਆਪਣੇ ਵਿਚਾਰ ਦਿੱਤੇ ਆ ਵੀ ਲੋਕ ਸਾਨੂੰ ਗਲਤ ਕਹਿ ਰਹੇ ਆ, ਅਸੀਂ ਗਲਤ ਨਹੀਂ ਗੇ, ਅਸੀਂ ਆਪਣੀ ਜਿਹੜੀ ਸਰਕਾਰ ਦੇ ਨਾਲ ਗੱਲਬਾਤ ਦਾ ਰਾਹ ਖੋਲਣ ਗਏ ਸੀਗੇ, ਤੇ ਅਸੀਂ ਅੱਜ ਵੀ ਖਾਲਿਸਤਾਨ ਲਈ ਲੜਦੇ ਹਾਂ ਤੇ ਖਾਲਿਸਤਾਨ ਦਾ ਅੱਜ ਵੀ ਮੈਂ ਰਾਸ਼ਟਰਪਤੀ ਹਾਂ। ਉਹਨਾਂ ਨੇ ਮਤਲਬ ਉਹਦੇ ਵਿੱਚ ਲਿਖਿਆ, ਜਦੋਂ ਐਂਡ ਦੇ ਵਿੱਚ ਲਿਖੀਦਾ ਨੀ, ਗੁਰੂ ਪੰਥ ਅਰਦਾਸ ਸੇਵਾ ਸਿੰਘ ਲੱਲੀ ਰਾਸ਼ਟਰਪਤੀ ਖਾਲਿਸਤਾਨ ਜ਼ਿਲ੍ਹਾ ਵਤਨ ਸਰਕਾਰ। ਤੇ ਜਿੱਦਾਂ ਹੁਣ ਤੁਸੀਂ ਆਪਾਂ ਬਦਮਨ ਸਿੰਘ ਦੀ ਗੱਲ ਕਰਦੇ ਹਾਂ, ਉਹ ਵੀ ਇਸੇ ਕੈਟਾਗਰੀ ਚ ਆਉਂਦੇ ਆ, ਫਿਰ ਆਪਾਂ ਕੀ ਸੋਚਦੇ ਜੇ ਉਹ ਗੱਲਬਾਤ ਦਾ ਰਾਹ ਖੋਲਣ ਗਏ, ਸਾਨੂੰ ਕਿਉਂ ਮਾੜਾ ਲੱਗਦਾ? ਭਾਜੀ ਏਦਾਂ ਹੈਗਾ ਕਿ ਜਿਹੜੇ ਛੋਟੇ ਛੋਟੇ ਸਾਡੇ ਆਮ ਸਿੰਘ ਨੇ, ਬੱਚੇ ਨੇ, ਹੁਣ ਤਿੰਨ ਬੱਚੇ ਫੜ ਲਏ ਉਸ ਦਿਨ ਕਿਤਾਬਾਂ ਰੱਖਣ ਦੇ ਦੋਸ਼ ਦੇ ਵਿੱਚ, ਵੀ ਸੰਤ ਜਰਨੈਲ ਸਿੰਘ ਦੀ ਕਿਤਾਬਾਂ। ਤੇ ਮੈਂ ਸੋਚਦਾ ਹੁੰਦਾ ਕਿ ਉਹਨਾਂ ਨੂੰ ਤਾਂ ਫੜ ਲਿਆ ਜਾਂਦਾ ਹੈ। ਹੁਣ ਪਰਸੋਂ ਦੀ ਗੱਲ ਹੈ, ਦੁਬਈ ਤੋਂ ਮੁੰਡਾ ਗਿਆ, ਉੱਥੇ ਗਿਆ, ਮਹੀਨਾ ਰਿਹਾ ਜੀ ਇੰਡੀਆ ਦੇ ਵਿੱਚ, ਜਦੋਂ ਵਾਪਸ ਜਾਣ ਲੱਗਿਆ ਇੱਕ ਅੱਧੇ ਦਿਨ ਪਹਿਲਾਂ ਜਾਂ ਸੇਮ ਡੇ ਪਤਾ ਨਹੀਂ, ਏਅਰਪੋਰਟ ਤੇ ਉਹਨੂੰ ਫੜ ਲਿਆ। ਕੀ ਦੋਸ਼ ਕੀ ਹੈ ਜੀ? ਆ ਰੈਫਰੈਂਡਮ 220 ਦੀਆਂ ਪੋਸਟਾਂ ਸ਼ੇਅਰ ਕਰਦਾ ਹੈਗਾ। ਹੁਣ ਉਹਨਾਂ ਬੱਚਿਆਂ ਨੂੰ ਤਾਂ ਫੜਿਆ ਛੱਡਿਆ ਜਿਹਨਾਂ ਕੋਲ ਕਿਤਾਬਾਂ ਨੇ, ਤੇ ਜਿਹੜੇ ਵੱਡੇ ਵੱਡੇ ਸਾਡੇ ਲੋਕ ਨੇ, ਸਤਿਕਾਰਯੋਗ ਹਸਤੀਆਂ ਨੇ, ਉਹਨਾਂ ਨੂੰ ਕੁਛ ਨੀ ਕਿਹਾ ਜਾਂਦਾ। ਈਵਨ ਜਿਹੜੇ ਲਿਖਾਰੀ ਨੇ ਕਿਤਾਬਾਂ ਦੇ, ਇੱਥੇ ਆਉਂਦੇ ਨੇ ਕਾਨਫਰੰਸਿਸ ਖਾਲਿਸਤਾਨ ਦੀਆਂ, ਉਧਰ ਯੂਕੇ ਜਾਂਦੇ ਹੋਣਗੇ, ਕੈਨੇਡਾ ਆਉਂਦੇ ਨੇ, ਵਾਪਸ ਸਟੇਟ ਨੂੰ ਗਾਲਾਂ ਕੱਢ ਕੇ ਫਿਰ ਇੰਡੀਆ, ਫਿਰ ਸਾਲ ਬਾਅਦ ਫਿਰ ਮੁੜ ਕੇ ਇੱਥੇ ਫਿਰ ਭੜਕਾਤਾ ਫਿਰ ਇੰਡੀਆ। ਇਹ ਕੀ ਨੇ? ਤੇ ਆਮ ਬੱਚੇ ਨੇ ਜਿਹੜੇ ਉਹਨਾਂ ਨੂੰ ਫੜੀ ਜਾਂਦੇ ਨੇ। ਸੋ ਦਿਸ, ਤੁਸੀਂ ਆਪੇ ਐਨਾਲਿਸਿਸ ਕਰੋ ਜੀ ਇਹਦੇ ਵਿੱਚ ਕੀ ਹੈਗਾ। ਜਦੋਂ ਲੋਕ ਕਰਨਗੇ, ਆਪਾਂ ਤਾਂ ਗੱਲਬਾਤ ਕਰ ਰਹੇ ਹਾਂ। ਆਫਕੋਰਸ ਆਫਕੋਰਸ ਕੁਲਵੀਰ ਸਿੰਘ ਜੀ, ਜਿਹੜਾ ਜਿੱਦਾਂ ਦੇਸ਼ਾਂ ਦੀਆਂ ਲੜਾਈਆਂ ਹੁੰਦੀਆਂ, ਆਪਸ ਵਿੱਚ ਤੋਪਾਂ ਟੈਂਕ ਵੀ ਚੱਲਦੇ ਆ, ਲੇਕਿਨ ਜਿਹੜੀ ਗੱਲਬਾਤ ਦਾ ਰਸਤਾ ਤਾਂ ਫੇਰ ਵੀ ਖੁੱਲਦਾ ਹੀ ਆ, ਗੱਲਬਾਤ ਤਾਂ ਫੇਰ ਵੀ ਕੀਤੀ ਜਾਂਦੀ ਹੈ। ਕਹਿੰਦੇ ਗੱਲਬਾਤ ਹੋਵੇ, ਬਟ ਇਨ ਅ ਨਾਈਸ ਟ੍ਰਾਂਸਪੇਰੈਂਟ ਵੇ, ਕੰਫਰਟੇਬਿਲਿਟੀ ਹੋਵੇ ਉਹਦੇ ਵਿੱਚ, ਟ੍ਰਾਂਸਪੇਰੈਂਸੀ ਹੋਵੇ, ਸਾਹਮਣੇ ਆਵੇ, ਸਭ ਨੂੰ ਨਾਲ ਲੈ ਕੇ ਚੱਲੋ, ਦੱਸੋ, ਦੈਟਸ ਫਾਈਨ। ਤੇ ਜੇ ਇਹ ਵਿਅਕਤੀ ਗੱਲਬਾਤ ਕੌਮ ਦੀ ਕਰਦੇ ਆ, ਤਾਂ ਆਪਾਂ ਨੂੰ ਇਹਨਾਂ ਨੂੰ ਓਕੇ ਕਰਨਾ ਚਾਹੀਦਾ ਕੌਮ ਨੂੰ ਜਾਂ ਨਹੀਂ ਕਰਨਾ ਚਾਹੀਦਾ? ਤੁਹਾਡੇ ਆਪਣੇ ਪਰਸਨਲ ਕੀ ਵਿਚਾਰ ਆ ਬਈ, ਇਹਨਾਂ ਨੂੰ ਗੋ ਅਹੈਡ ਕਰਨਾ ਚਾਹੀਦਾ ਵੀ ਹਾਂ ਕਰੋ ਕੌਮ ਦੀ ਗੱਲ? ਭਾਜੀ ਇੰਨੀ ਮੈਂ ਨਹੀਂ ਕੁਛ ਕਹਿ ਸਕਦਾ ਇਹਦੇ ਬਾਰੇ, ਆਈ ਐਮ ਲਿਟਲ ਨਿਊ ਟੂ ਦਿਸ ਸਬਜੈਕਟ, ਮੈਨੂੰ ਉਹਨਾਂ ਦੀ ਬੈਕਗ੍ਰਾਉਂਡ ਵੀ ਨਹੀਂ ਪਤਾ ਬਹੁਤੀ, ਹਰ ਕੋਈ ਮੈਨੂੰ, ਮੈਂ ਕਹਿ ਨਹੀਂ ਸਕਦਾ ਜੀ ਕਿ ਕੌਣ ਹਸਤੀਆਂ ਦੀ ਗੱਲ ਹੈ ਕਿਵੇਂ ਹੈਗਾ। ਚਲੋ, ਤੁਸੀਂ 2020 ਜਿਹੜਾ ਸੰਘਰਸ਼ ਚੱਲ ਰਿਹਾ ਜਾਂ ਮੂਵਮੈਂਟ ਚੱਲ ਰਹੀ ਆ, ਉਹਨੂੰ ਸਪੋਰਟ ਕਰਦੇ ਜੇ ਉਹਨਾਂ ਨੂੰ ਆਪਾਂ ਉਹ ਟੇਬਲ ਤੇ ਬੈਠ ਗੱਲਬਾਤ ਕਰਦੇ ਆ, ਤੇ ਕਰਨੀ ਚਾਹੀਦੀ ਜਾਂ ਨਹੀਂ ਕਰਨੀ? ਭਾਜੀ ਮੈਂ 2020 ਦਾ ਐਦਾ ਕੋਈ ਐਕਟੀਵਿਸਟ ਨਹੀਂ ਹੈਗਾ, ਮੈਨੂੰ ਇਨਫੈਕਟ ਕਦੇ ਕੋਈ ਮਿਲੇ ਵੀ ਨਹੀਂ। ਉਹਨਾਂ ਨੂੰ ਕਹਿੰਦੇ ਆ ਬਈ, ਜੇ ਉਹਨਾਂ ਨੂੰ ਸੱਦਾ ਪੱਤਰ ਆਉਂਦਾ, ਉਹਨਾਂ ਨੂੰ ਸਰਕਾਰ ਕਹਿੰਦੀ ਆ ਵੀ ਆਓ ਤੁਸੀਂ ਜਿਹੜਾ ਆਪਾਂ ਰੀਫਰੈਂਡਮ ਤੇ ਗੱਲ ਕਰਨ ਨੂੰ ਤਿਆਰ ਆ, ਬਈ ਉਹਨਾਂ ਨੂੰ ਕਰਨੀ ਚਾਹੀਦੀ ਜਾਂ ਨਹੀਂ ਕਰਨੀ? I would say, my political opinion hoega ke je aidan di koi bandi hai, offer aundi hai, and it is relatively transparent, absolutely transparent to the community ke ho ki reha, te aidi koi harz nahi hega, because je transparency nahi hundi ji, ta ohi haal hona jo Master Tara Singh ne karwaya saadi community da, te 1 million Sikh saada mariya, theek hai, 1 million keh lo 7 lakh 8 lakh ਤੁਹਾਡੇ ਨਾਲ ਗੱਲਬਾਤ ਕਰਦੇ ਰਵਾਂਗੇ। ਜਦੋਂ ਵੀ ਤੁਸੀਂ ਕੋਈ ਵਿਚਾਰ ਦੇਣਾ ਹੋਇਆ, ਆਵਾਜ਼ੇ ਕੌਮ ਦੇ ਵਿਚਾਰ ਪਬਲਿਕ ਦੇ ਸਾਹਮਣੇ ਰੱਖਦਾ, ਧੰਨਵਾਦ ਜੀ ਬਹੁਤ ਬਹੁਤ। ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।